ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਨਾਮ ਰੱਖਿਆ ਬਗੇਲ ਸਿੰਘ ਤੇ ਤੁਸੀਂ ਕੁੱਤੇ ਖਾਣੀ ਸਪੈਸ਼ਲਿਸਟ ਕੁੱਤੇ ਖਾਣੀ ਕਰਨ ਦੇ ਵਿੱਚ ਮਾਹਰ ਹੋ ਕਿਸੇ ਦੀ ਸਿਫਤ ਸਲਾਹ ਵੀ ਕਰਦੇ ਹੋ ਚੰਗੇ ਕੰਮਾਂ ਦੀ ਕਿ ਬਾਕੀ ਅਸੀਂ ਤੁਸੀਂ ਬਸ ਇਸੇ ਤਰ੍ਹਾਂ ਕੁੱਤੇ ਖਾਣੀ ਕਰਦੇ ਰਹਿੰਦੇ ਹੋ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸਮਾਂ ਬੀਤਦਾ ਗਿਆ ਥੋੜਾ ਜਿਹਾ ਇੰਜਣ ਮਹਿਕਮਾ ਸਾਡਾ ਮਸ਼ਹੂਰ ਹੁੰਦਾ ਗਿਆ ਮਸ਼ਹੂਰ ਹੁੰਦਾ ਗਿਆ ਪਰ ਸਾਡੀ ਉਦੋਂ ਇੱਕ ਆਦਤ ਹੁੰਦੀ ਸੀ ਅਸੀਂ ਸਿਰਫ ਲੋਕਾਂ ਨੂੰ ਗਾਲਾਂ ਕੱਢਦੇ ਹੁੰਦੇ ਸੀ ਜੀ ਫੇਕ ਆਈਡੀਆਂ ਸੀ ਪਛਾਣ ਸਾਡੀ ਕੋਈ ਹੈ ਨਹੀਂ ਸੀ 6 ਮਹੀਨੇ ਮੈਂ ਸਿਰਫ ਇੱਕ ਕਮਰੇ ਦੇ ਵਿੱਚ ਇਕੱਲੇ ਨੇ ਬੰਦ ਹੋ ਕੇ ਬਿਤਾਏ ਮੈਂ ਸਿਰਫ ਬਾਥਰੂਮ ਕਰਨ ਤੇ ਰੋਟੀ ਖਾਣ ਲਈ ਬਾਹਰ ਨਿਕਲਦਾ ਸੀ ਉਦੋਂ ਵਿੱਚ ਮਤਲਬ ਵੀ ਇਹਨਾਂ ਲੋਕਾਂ ਨੂੰ ਜਵਾਬ ਦੇਣ ਵਾਸਤੇ ਮੈਂ ਗ੍ਰੰਥ ਪੜ੍ਹਦਾ ਸੀ ਉਹਨਾਂ ਦੇ ਵਿੱਚੋਂ ਗੱਲਾਂ ਲੱਭਦਾ ਸੀ ਇਤਿਹਾਸਕ ਕਿਤਾਬਾਂ ਪੜ੍ਹਦਾ ਸੀ ਯਾਨੀ ਕਿ ਕਾਫੀ ਸਮਾਂ ਮਤਲਬ ਵੀ ਮੇਰੇ 6 ਮਹੀਨੇ ਜਿਹੜੇ ਸੀ ਇਹਨਾਂ ਨੂੰ ਜਵਾਬ ਦੇਣ ਦੇ ਵਿੱਚ ਗੁਜ਼ਰ ਗਏ ਮੈਂ ਮਤਲਬ ਵੀ ਉੱਥੋਂ ਕੋਲੰਬੀਆ ਆਇਆ ਮੈਂ ਕੋਲੰਬੀਆ ਦੇ ਵਿੱਚੋਂ ਜਦੋਂ ਪਨਾਮਾ ਦਾ ਜੰਗਲ ਪਾਰ ਕਰਕੇ ਕੋਸਟਾ ਰੀਕਾ ਤੋਂ ਮੈਂ ਇੱਥੇ ਪਹੁੰਚਾ ਵਾਂ ਹੌਂਡਰਸ ਪਹੁੰਚਾ ਵਾਂ ਉਦੋਂ ਮੇਰਾ ਮਤਲਬ ਵੀ ਮੇਰੇ ਪੈਰਾਂ ਦੀ ਹਾਲਤ ਇਹ ਸੀ ਵੀ ਮੈਨੂੰ ਇੱਕ ਰੀ ਮਤਲਬ ਵੀ ਜਿਹੜੇ ਰਸਤੇ ਦੇ ਵਿੱਚ ਡੌਂਕਰ ਸੀ ਉਹਨਾਂ ਨੇ ਸ਼ੂਟ ਕਰਨ ਦਾ ਵੀ ਮਨ ਬਣਾ ਲਿਆ ਸੀ ਕਿ ਕੋਈ ਤੁਰਿਆ ਨਹੀਂ ਜਾਂਦਾ ਤੇ ਇਹਨੂੰ ਆਪਾਂ ਸ਼ੂਟ ਕਰ ਦਈਏ ਤੇ ਉੱਥੋਂ ਮੈਂ ਕਿਸੇ ਬੰਦੇ ਕੋਲ ਫੋਨ ਫੜ ਕੇ ਤੇ ਆਪਣੀ ਆਈਡੀ ਓਪਨ ਕੀਤੀ ਮੈਂ ਹਸਪੀਟਲ ਰਿਹਾ ਉੱਥੇ 8 ਦਿਨ ਆਈਡੀ ਓਪਨ ਕੀਤੀ ਤੇ ਮੈਂ ਹੱਸਦੇ ਹੱਸਦੇ ਨਾਲ ਦੇ ਆਪਣੇ ਭਤੀਜੇ ਨੂੰ ਕਿਹਾ ਮੈਂ ਕਿਹਾ ਵੀ ਯਾਰ ਬੜਾ ਹੀ ਕੁੱਤੇ ਖਾਣੀ ਵਾਲਾ ਕੰਮ ਹੋ ਗਿਆ ਅੱਜ ਜਦੋਂ ਤੁਹਾਨੂੰ ਇੰਨੀ ਫੇਮ ਮਿਲ ਚੁੱਕੀ ਤੁਹਾਡੇ ਚਿਹਰੇ ਮੋਹਰੇ ਨੂੰ ਜਾਣਦੇ ਆ ਲੋਕੀ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਹੁਣ ਕੁੱਤੇ ਖਾਣੀ ਸਪੈਸ਼ਲਿਸਟ ਸ਼ਬਦ ਕੱਟ ਦੇਣਾ ਚਾਹੀਦਾ ਜੇ ਆਪਾਂ ਸਾਹਮਣੇ ਆਉਣ ਦੀ ਜਾਂ ਫੇਮ ਦੀ ਗੱਲ ਗੋਲਡੀ ਹੋਣੀ ਕਰਦੇ ਆ ਤਾਂ ਫੇਮ ਤੇ ਆਪਣਾ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਹੀ ਇਹਨਾਂ ਦਾ ਵੀ ਰਣਜੀਤ ਸਿੰਘ ਆਪਣੀਆਂ ਇੰਟਰਵਿਊ ਦੇ ਵਿੱਚ ਸਾਡਾ ਨਾਂ ਲੈ ਕੇ ਚੀਕਾਂ ਪਹਿਲਾਂ ਹੀ 6 ਮਹੀਨੇ ਮਾਰ ਚੁੱਕਾ ਤੁਸੀਂ ਆਪਣੇ ਆਪ ਨੂੰ ਜੱਜ ਕਿਉਂ ਕਰਦੇ ਹੋ ਵੀ ਇਹ ਬੰਦਾ ਗਲਤ ਹੈ ਮੈਂ ਠੀਕ ਹਾਂ ਅੱਜ ਤੁਸੀਂ ਸਮਾਜ ਸੇਵਾ ਦੇ ਉੱਤੇ ਵੀ ਪੂਰਾ ਅੱਡਾ ਲਾਇਆ ਹੋਇਆ ਤੇ ਜੇ ਤੁਸੀਂ ਇਸੇ ਤਰ੍ਹਾਂ ਜਿਵੇਂ ਪਹਿਲੇ ਸੰਤ ਬਾਬਿਆਂ ਨੂੰ ਜਾਂ ਫਿਰ ਪ੍ਰਚਾਰਕਾਂ ਦੇ ਨਾਲ ਪੰਗਾ ਪਾਇਆ ਤੇ ਹੁਣ ਤੁਸੀਂ ਸੇਵਾਦਾਰਾਂ ਜਿਹੜੇ ਸਮਾਜ ਦੇ ਵਿੱਚ ਸੇਵਾ ਕਰਦੇ ਆ ਤੁਸੀਂ ਉਹਨਾਂ ਦੇ ਨਾਲ ਪੰਗਾ ਪਾਇਆ ਹੈ ਮੇਰੇ ਸ਼ਬਦ ਵਰਤ ਰਹੇ ਹਾਂ ਵੀ ਜੇ ਇਸ ਤਰ੍ਹਾਂ ਹੀ ਕਰਦੇ ਰਹੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਸੇਵਾ ਬੰਦ ਹੋ ਜੂਗੀ ਇੱਕ ਸਮਾਜ ਸੇਵਿਕਾ ਆਪਣੇ ਭਰਾ ਦੇ 2 ਦਿਨ ਦੇ ਬੱਚੇ ਨੂੰ ਘਰੋਂ ਕੱਢ ਕੇ ਝੁੱਕੀਆਂ ਦੇ ਵਿੱਚ ਜਾ ਕੇ ਨਲੀਆਂ ਪੂੰਝਣ ਡਈ ਆ ਬੱਚਿਆਂ ਦੀਆਂ ਇਹ ਕਿਹੜੀ ਸੇਵਾ ਸਿਰਫ ਲੋਕੀ ਸਾਨੂੰ ਡਰਾਈਵਰ ਸਮਝ ਕੇ ਅਕਸਰ ਇਹ ਸੋਚ ਲੈਂਦੇ ਆ ਭੁਲੇਖਾ ਖਾ ਜਾਂਦੇ ਵੀ ਇਹਨਾਂ ਬੰਦਿਆਂ ਸਾਡਾ ਕੀ ਕਰਨਾ ਇਟ ਮੀਨਸ ਤੁਹਾਡੇ ਕਰਕੇ ਤੁਹਾਡੇ ਪ੍ਰਚਾਰ ਦੇ ਸਦਕਾ ਇਹਨਾਂ ਲੋਕਾਂ ਦੀ ਫੰਡਿੰਗ ਰੁਕੀ ਹੈ ਜਾਂ ਇਹ ਚਾਲ ਹੈ ਵੀ ਝੂਠ ਬੋਲਦੇ ਆ ਵੀ ਸਾਨੂੰ ਫਰਕ ਨਹੀਂ ਪਿਆ ਜਾਂ ਪਿਆ ਕੈਮਰਾਮੈਨ ਬਕਾਇਦਾ ਫਿਲਮਿੰਗ ਸ਼ੁਰੂ ਕਰਦਾ ਮੁੜ ਕੇ ਤੁਸੀਂ ਫੇਰ ਗੱਡੀਆਂ ਤੋਰਦੇ ਹੋ ਗੱਡੀਆਂ ਤੇ ਤੁਸੀਂ ਆਉਂਦੇ ਹੋ 10 ਜਣੇ ਉਤਰਦੇ ਹੋ ਇੱਕ ਨੇ ਇੱਕ ਲਫਾਫਾ ਫੜਿਆ ਇੱਕ ਨੇ ਇੱਕ ਲਫਾਫਾ ਫੜਿਆ ਇੱਕ ਨੇ ਇੱਕ ਲਫਾਫਾ ਫੜਿਆ ਤੁਸੀਂ ਪਾਰਟੀ ਤੇ ਆਏ ਹੋ ਜਾਂ ਤੁਸੀਂ ਵਿਆਹ ਆਏ ਹੋ ਮੈਂ ਤਾਂ ਲੋਕੀ ਦੇ ਸੋਚਦੇ ਆ ਵੀ ਬਗੇਲ ਸਿੰਘ ਜੀ ਇਹ ਵਨ ਮੈਨ ਆਰਮੀ ਇਟ ਮੀਨਸ ਤੁਹਾਡੀ ਵੀ ਕੋਈ ਆਪਣੀ ਸੰਸਥਾ ਹੈਗੀ ਹੈ ਨਹੀਂ ਨਹੀਂ ਬਗੇਲ ਸਿੰਘ ਵਨ ਮੈਨ ਆਰਮੀ ਨਹੀਂ ਹੈਗਾ ਇਹ ਲੋਕ ਆਪਣੇ ਦਿਲ ਦੇ ਵਿੱਚੋਂ ਖਿਆਲ ਕੱਢ ਦੇਣ ਕਿ ਬਗੇਲ ਸਿੰਘ ਵਨ ਮੈਨ ਆਰਮੀ ਠੀਕ ਹੈ ਜਿਹੜੇ ਗੋਲਡੀ ਹੋਣੀ ਕਹਿੰਦੇ ਵੀ ਸਬੂਤ ਦਿਓ ਕਿਹੜਾ ਬਿਲਕੁਲ ਹਿਸਾਬ ਮੰਗਦਾ ਲਓ ਜੀ ਗੋਲਡੀ ਜੀ ਇੱਕ ਸਬੂਤ ਦੇਣ ਲੱਗਾ ਤੁਹਾਨੂੰ ਮੈਂ ਇਹ ਵੀਡੀਓ ਸੁਣ ਲਿਓ ਇਹ ਤੁਹਾਡੇ ਚੈਨਲ ਲਈ ਮੈਂ ਰੱਖੀ ਸੀ ਚਲੋ ਮੈਂ ਦਿੱਤੀ ਨਹੀਂ ਕਿਉਂਕਿ ਹਰੇਕ ਚੈਨਲ ਦੇ ਵਿੱਚ ਇੱਕੋ ਗੱਲ ਕਰਨੀ ਜਿਹੜੀ ਆ ਉਹ ਮਤਲਬ ਵੀ ਇੱਕ ਘਸਿਆਰਾ ਜਿਹਾ ਹੋ ਜਾਂਦਾ ਕੰਮ ਆਹ ਲਓ ਸੁਣੋ ਜੀ ਜੀ ਪੁਨੀਤ ਭਾਈ ਕੀ ਹਾਲ ਨੇ ਮੈਂ ਜਸ਼ਨ ਬੋਲਣ ਦਿਆ ਖੈਰਾ ਫੈਰੀ ਤੋਂ ਤੇ ਮੈਂ ਤੁਹਾਨੂੰ 17 ਜੁਲਾਈ ਨੂੰ ਪੈਸੇ ਭੇਜੇ ਸੀ ਹਨਾ $200 ਭੇਜਿਆ ਸੀ ਮੈਂ ਤੁਹਾਨੂੰ ਤੁਸੀਂ ਕਿਹਾ ਸੀ ਕਿ ਤੁਹਾਡਾ ਕੈਨੇਡੀਅਨ ਅਕਾਊਂਟ ਹੈਗਾ ਆ ਉਹ ਚ ਪਾ ਦਿਓ ਹਨਾ ਮੈਨੂੰ ਮੇਰਾ ਵੀਰ ਜ਼ਰੂਰ ਦੱਸੀ ਹਨਾ ਕਿ ਜਿਹੜੇ ਮੈਂ ਤੈਨੂੰ ਪੈਸੇ ਭੇਜੇ ਆ ਉਹ ਕਿੱਥੇ ਲਾਏ ਆ ਜਿਹੜੇ ਗੋਲਡੀ ਨੇ ਮੈਨੂੰ ਇੰਨੀ ਗੱਲ ਕਿਹਾ ਵੀ ਤੇਰੀ ਇੱਕ ਪੋਸਟ ਕਰਕੇ ਕੁੜੀ ਡਿਪਰੈਸ਼ਨ 'ਚ ਚੱਲ ਚੱਲੀ ਸੀ ਉਸ ਫਰਿਸ਼ਤੇ ਦਾ ਪੋਸਟਮਾਰਟਮ ਮੈਂ ਥੋੜੇ ਦਿਨਾਂ ਤੱਕ ਬੜੀ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਉਹਦਾ ਆਪਰੇਸ਼ਨ ਕਰਾਂਗਾ ਮੈਂ ਜੇ ਅਸੀਂ ਕਾਨੂੰਨੀ ਤੌਰ ਦੇ ਉੱਤੇ ਧੂਣਾ ਚਾਹੁੰਦੇ ਤੇ ਅਸੀਂ ਕੈਨੇਡਾ ਦੇ ਵਿੱਚ $1,000-1,200 ਲਾ ਕੇ ਜੇ ਅਸੀਂ 5-7 ਲੱਖ ਰੁਪਈਆ ਇਹਨਾਂ ਦੇ ਉੱਤੇ ਨਾਮ ਰੱਖ ਸਕਦੇ ਤੁਸੀਂ ਕੀ ਸੋਚਦੇ ਹੋ ਅਸੀਂ 50,000 ਵਕੀਲਾਂ ਤੇ ਨਹੀਂ ਲਾ ਸਕਦੇ ਹੁਣ ਉਹਨਾਂ ਨੂੰ ਨਾਮ ਕੋਈ ਨਹੀਂ ਦੇਣਾ ਹੁਣ ਅਸੀਂ ਇਹਨਾਂ ਕੋਲੋਂ ਹਿਸਾਬ ਕਿਤਾਬ ਕਿਸੇ ਤਰੀਕੇ ਨਾਲ ਲਵਾਂਗੇ ਬੰਦੇ ਵੀ ਸਾਹਮਣੇ ਆਉਣਗੇ ਬੀਬੀਆਂ ਵੀ ਸਾਹਮਣੇ ਆਉਣਗੀਆਂ ਜਿਹੜੀਆਂ ਬੀਬੀਆਂ ਨੇ ਚੋਰੀ ਆਪਣੇ ਬੰਦਿਆਂ ਤੋਂ ਇਹਨਾਂ ਨੂੰ ਪੈਸੇ ਭੇਜੇ ਇਮੋਸ਼ਨਲ ਹੋ ਕੇ ਉਹ ਵੀ ਸਾਹਮਣੇ ਆਉਣਗੀਆਂ ਸਾਰਾ ਕੁਝ ਕਰਾਂਗੇ ਪੰਜਾਬੀ ਲੋਕ ਚੈਨਲ ਵਿੱਚ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਮੀਡੀਆ
ਦੇ ਵਿੱਚ ਅੱਜ ਇੱਕੋ ਹੀ ਚਰਚਾ ਚੱਲਦੀ ਹੈ, ਸਮਾਜ ਸੇਵਾ ਤੇ ਨਾਲ ਬਘੇਲ ਸਿੰਘ ਕੁੱਤੇਖਾਨੀ ਸਪੈਸ਼ਲਿਸਟ। ਇਹ ਮਸਲਾ ਇੰਨਾ ਕੁ ਜ਼ਿਆਦਾ ਗਰਮਾਇਆ ਹੋਇਆ ਕਿ ਜਿਹੜਾ ਵੀ ਦੇਖਦਾ ਤੁਸੀਂ ਆਪਣੀ ਯੂਟਿਊਬ ਨੂੰ ਜਾਂ ਤੁਸੀਂ ਫੇਸਬੁੱਕ ਨੂੰ ਜਦੋਂ ਵੀ ਸਕਰੋਲ ਕਰਕੇ ਦੇਖਦੇ ਹੋ ਤਾਂ ਤੁਹਾਨੂੰ ਇਹ ਖਬਰ ਜ਼ਰੂਰ ਨਜ਼ਰ ਆਵੇਗੀ ਕਿਤੇ ਨਾ ਕਿਤੇ। ਅੱਜ ਸਾਡੇ ਨਾਲ ਨੇ ਸਰਦਾਰ ਬਘੇਲ ਸਿੰਘ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਹਾਂ, ਸਤਿ ਸ੍ਰੀ ਅਕਾਲ ਵੀਰ ਜੀ, ਨਾਲ ਹੀ ਆਪਣੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਚੜ੍ਹਦੀਆਂ ਕਲਾਂ ਚ ਰਹੋ। ਹਾਂਜੀ, ਤੁਸੀਂ ਆਪਾਂ ਕਰ ਸਕਦੇ ਹਾਂ ਸ਼ੁਰੂ ਪ੍ਰੋਗਰਾਮ ਆਪਣਾ। ਹਾਂਜੀ, ਸਭ ਤੋਂ ਪਹਿਲਾ ਸਵਾਲ, ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਨਾਮ ਰੱਖਿਆ ਬਘੇਲ ਸਿੰਘ, ਤੇ ਤੁਸੀਂ ਕੁੱਤੇਖਾਨੀ ਸਪੈਸ਼ਲਿਸਟ, ਕੁੱਤੇਖਾਨੀ ਕਰਨ ਦੇ ਵਿੱਚ ਮਾਹਰ ਹੋ, ਕਿਸੇ ਦੀ ਸਿਫਤ ਸਲਾਹ ਵੀ ਕਰਦੇ ਹੋ ਚੰਗੇ ਕੰਮਾਂ ਦੀ, ਬਾਕੀ ਇਹੀ ਤੁਸੀਂ ਬਸ ਇਸੇ ਤਰ੍ਹਾਂ ਕੁੱਤੇਖਾਨੀ ਕਰਦੇ ਰਹਿੰਦੇ ਹੋ, ਜਾਂ ਤੁਹਾਨੂੰ ਇਹ ਗੁੱਸੇ 'ਚ ਨਾਮ ਰੱਖਿਆ ਸੀ ਤੁਹਾਡੇ ਕਿਸੇ ਦੋਸਤ ਨੇ, ਜਾਂ ਤੁਹਾਨੂੰ ਇਹ ਪਸੰਦ ਹੈ ਹੁਣ ਅੱਜ ਜਿਵੇਂ ਤੁਹਾਨੂੰ ਫੇਮ ਮਿਲ ਚੁੱਕੀ ਹੈ, ਕੀ ਤੁਹਾਨੂੰ ਲੱਗਦਾ ਵੀ ਹੁਣ ਇਹ ਨਾਮ ਮੈਨੂੰ ਨਹੀਂ ਵਰਤਣਾ ਚਾਹੀਦਾ? ਨਹੀਂ, ਵੇਖੋ, ਨਾਮ ਮੇਰਾ, ਰੀਅਲ ਨੇਮ ਮੇਰਾ ਹੈਗਾ ਵਾ ਬਲਜੀਤ ਸਿੰਘ, ਤੇ ਜਿਹੜਾ ਬਘੇਲ ਸਿੰਘ ਨਾਮ ਆ ਨਾ, ਇਹ ਮੈਂ ਇੱਕ ਕਾਫੀ ਸਮਾਂ ਪਹਿਲਾਂ ਜਦੋਂ ਕਾਮਰੇਡ ਗੱਗ ਨੇ ਗੁਰੂ ਨਾਨਕ ਸਾਹਿਬ ਬਾਰੇ ਕੁਝ ਗਲਤ ਬੋਲਿਆ ਸੀ ਤਾਂ ਉਦੋਂ ਇੱਕ ਮੈਂ ਫੇਕ ਆਈ ਡੀ ਬਣਾਈ ਸੀ ਜਿਸ ਦਾ ਨਾਂ ਇੰਗਲਿਸ਼ ਦੇ ਵਿੱਚ ਬਘੇਲ ਸਿੰਘ ਸੀ। ਉਦੋਂ ਇੱਕ ਆਪਣੇ ਮਤਲਬ ਵੀ ਜਿਹੜੇ ਪੰਜਾਬੀ ਵਾਲੇ ਕੀਬੋਰਡ ਨਹੀਂ ਸੀ ਆਏ, ਤੇ ਉਦੋਂ ਆਪਾਂ ਮਤਲਬ ਵੀ ਮੈਂ ਬਘੇਲ ਸਿੰਘ ਨਾਂ ਦੀ ਆਈਡੀ ਬਣਾਈ ਸੀ, ਜਿਹਦੇ ਉੱਤੇ ਮੈਂ ਕਾਫੀ ਕਾਮਰੇਡਾਂ ਨੂੰ ਮਤਲਬ ਵੀ ਆਪਣੀਆਂ ਜਿਹੜੀਆਂ ਵਿਅੰਗਮਈ ਪੋਸਟਾਂ ਦੇ ਨਾਲ ਜਵਾਬ ਦਿੰਦਾ ਹੁੰਦਾ ਸੀ। ਉਦੋਂ ਸਾਡਾ ਮਤਲਬ ਵੀ ਇੱਕ ਦੌਰ ਜਿਹੜਾ ਸੀ ਨਾ, ਇੱਕ ਸ਼ੁਰੂਆਤੀ ਦੌਰ ਸੀ, ਕੋਈ ਏਡਾ ਸਾਨੂੰ ਐਕਸਪੀਰੀਅੰਸ ਨਹੀਂ ਸੀ ਹੈਗਾ ਸੋਸ਼ਲ ਮੀਡੀਆ ਦਾ, ਤੇ ਸਾਡਾ ਜ਼ਿਆਦਾ ਧਿਆਨ ਲੋਕਾਂ ਨੂੰ ਮਤਲਬ ਵੀ ਇੱਦਾਂ ਦੇ ਲੋਕਾਂ ਨੂੰ, ਗੱਗ ਵਰਗਿਆਂ ਨੂੰ ਜਾਂ ਹੋਰ ਕੁਝ ਜਿਹੜੇ ਕੁਝ ਮਤਲਬ ਵੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਸੀ। ਵੇਖੋ, ਮੈਂ ਇੱਕ ਪਤਿਤ ਸਿੱਖ ਜ਼ਰੂਰ ਹਾਂ, ਪਰ ਮੇਰਾ ਆਪਣੇ ਗੁਰੂ ਦੇ ਵਿੱਚ ਪੂਰਾ ਵਿਸ਼ਵਾਸ ਆ, ਸ਼ਰਧਾ ਵਾ, ਸਰੋਵਰਾਂ ਪ੍ਰਤੀ, ਬਾਣੀਆਂ ਪ੍ਰਤੀ, ਆਪਣੇ ਧਾਰਮਿਕ ਸਥਾਨਾਂ ਪ੍ਰਤੀ ਮੇਰੀ ਇੰਨੀ ਕੁ ਸ਼ਰਧਾ ਵਾ ਵੀ ਜਦੋਂ ਕੋਈ ਉੱਥੇ ਕੋਈ ਗੱਲ ਕਰਦਾ ਵਾ, ਭਾਵੇਂ ਉਹ ਕੋਈ ਵੀ ਬੰਦਾ ਹੋਵੇ, ਮੈਂ ਉਹਦੇ ਤੇ ਸਵਾਲ ਕੀਤਾ ਹੀ ਕੀਤਾ ਵਾ ਅੱਜ ਤੱਕ। ਉਹ ਤੋਂ ਬਾਅਦ ਜਦੋਂ ਫਿਰ ਥੋੜਾ ਜਿਹਾ ਸਮਾਂ ਅੱਗੇ ਆਇਆ ਤੇ ਅਸੀਂ ਥੋੜਾ ਜਿਹਾ ਕਾਮਰੇਡ ਜਿਹੜੇ ਹੈਗੇ ਸੀ, ਕੋਈ ਮਤਲਬ ਵੀ ਜਿਹੜੇ ਨਾਸਤਕ ਜਿਹੜੇ ਬਿਨਾਂ ਵਜ੍ਹਾ ਦੇ ਤਰਕ ਕਰਦੇ ਰਹਿੰਦੇ ਸੀ, ਉਹਨਾਂ ਦੇ ਮਤਲਬ ਚੱਲਦਿਆਂ ਅਸੀਂ ਜਦੋਂ ਇਹ ਕੰਮ ਸਾਡਾ ਬਣਿਆ, ਉਦੋਂ ਸਾਡਾ ਇੱਕ ਮਹਿਕਮਾ ਚੱਲਦਾ ਹੁੰਦਾ ਸੀ, ਇੰਜਣ ਮਹਿਕਮਾ ਜੀ, ਜਿਹੜਾ ਕੰਮ ਹੁੰਦਾ ਸੀ ਸਿਰਫ ਕਾਮਰੇਡਾਂ ਨੂੰ ਜਵਾਬ ਦੇਣੇ ਜੀ। ਉਹ ਤੋਂ ਬਾਅਦ ਹੌਲੀ ਹੌਲੀ ਜਿੱਦਾਂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਸਮਾਂ ਬੀਤਦਾ ਗਿਆ, ਥੋੜਾ ਜਿਹਾ ਇੰਜਣ ਮਹਿਕਮਾ ਸਾਡਾ ਮਸ਼ਹੂਰ ਹੁੰਦਾ ਗਿਆ, ਮਸ਼ਹੂਰ ਹੁੰਦਾ ਗਿਆ, ਪਰ ਸਾਡੀ ਉਦੋਂ ਇੱਕ ਆਦਤ ਹੁੰਦੀ ਸੀ, ਅਸੀਂ ਸਿਰਫ ਲੋਕਾਂ ਨੂੰ ਗਾਲਾਂ ਕੱਢਦੇ ਹੁੰਦੇ ਸੀ ਜੀ, ਫੇਕ ਆਈਡੀਆਂ ਸੀ, ਪਛਾਣ ਸਾਡੀ ਕੋਈ ਹੈ ਨਹੀਂ ਸੀ ਜੀ। ਉਸ ਤੋਂ ਬਾਅਦ ਜਿਉਂ ਹੌਲੀ ਹੌਲੀ ਆਏ ਆ, ਤੁਰੇ ਆਏ ਆ, ਅੱਗੇ ਜਿਉਂ ਕੰਮ ਸਾਰਾ ਵਧਦਾ ਗਿਆ ਵਧਦਾ ਗਿਆ, ਫਿਰ ਕੁਝ ਪ੍ਰਚਾਰਕਾਂ ਨੇ ਜਿਹੜਾ ਵਾ ਨਾ, ਉਹ ਇੱਕ ਮਤਲਬ ਨਾਸਤਿਕਤਾ ਦਾ ਰਾਹ ਲੈ ਲਿਆ ਜੀ। ਧਰਮ ਪ੍ਰਚਾਰ ਦੀ ਆੜ ਦੇ ਵਿੱਚ ਉਹਨਾਂ ਲੋਕਾਂ ਨੇ ਸਰੋਵਰਾਂ ਨੂੰ, ਗੁਰਧਾਮਾਂ ਨੂੰ, ਬਾਣੀਆਂ ਨੂੰ ਜਿਹੜਾ ਮਤਲਬ ਵੀ ਉਹ ਨਿੰਦਣਾ ਤੇ ਭੰਡਣਾ ਸ਼ੁਰੂ ਕਰ ਦਿੱਤਾ ਜੀ। ਉਸ ਤੋਂ ਬਾਅਦ ਫਿਰ ਅਸੀਂ ਕਾਮਰੇਡ ਜਿਹੜੀ ਪ੍ਰਜਾਤੀ ਆ ਉਹਨੂੰ ਛੱਡ ਕੇ, ਤੇ ਫਿਰ ਅਸੀਂ ਹੌਲੀ ਹੌਲੀ ਜਿਹੜੇ ਆ ਇੱਧਰਲੇ ਬੰਨੇ ਆਏ। ਜਦੋਂ ਮਤਲਬ ਵੀ ਇਹਨਾਂ ਪ੍ਰਚਾਰਕਾਂ ਦੁਆਲੇ ਰੁੱਖ ਕੀਤਾ ਤਾਂ ਉਹਦੇ ਵਿੱਚ ਕੁਝ ਸਾਡੇ ਮਹਿਕਮੇ ਦੇ ਵਿੱਚ ਜਿਹੜੀ ਸੀ ਫੁੱਟ ਪੈ ਗਈ, ਵੀ ਉਹਨਾਂ ਵਿੱਚ ਇੰਨੀ ਗੱਲ ਹੋਈ ਵੀ ਜੇ ਅਸੀਂ ਧਰਮ ਦੇ ਪ੍ਰਚਾਰਕਾਂ ਨੂੰ ਟਾਰਗੇਟ ਕਰਾਂਗੇ ਤਾਂ ਮਤਲਬ ਵੀ ਪ੍ਰਚਾਰ ਕੌਣ ਕਰੇਗਾ ਜੀ। ਬਿਲਕੁਲ, ਉੱਥੋਂ ਹਾਂਜੀ ਉੱਥੋਂ ਮੁੜ ਕੇ ਸਾਡੇ ਕੁਝ ਬੰਦਿਆਂ ਦੇ ਰਾਹ ਵੱਖਰੇ ਹੋ ਗਏ, ਕੁਝ ਬੰਦੇ ਟੁੱਟ ਕੇ ਦੂਜੇ ਬੰਨੇ ਚਲੇ ਗਏ, ਕੁਝ ਟੁੱਟ ਕੇ ਦੂਜੇ ਬੰਨੇ ਚਲੇ ਗਏ। ਪਰ ਜਦੋਂ ਹੌਲੀ ਹੌਲੀ ਉਹਨਾਂ ਅਕੌਤੀ ਪ੍ਰਚਾਰਕਾਂ ਦੀ ਜਿਹੜੀ ਗੱਲਬਾਤ ਸੀ ਉਹ ਮੈਂ ਆਪਣੇ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਜੀ, ਉਦੋਂ ਮੇਰਾ ਨਾਂ ਸਿਰਫ ਬਘੇਲ ਸਿੰਘ ਚੱਲਦਾ ਹੁੰਦਾ ਸੀ, ਤੇ ਮੈਂ ਆਪਣੀ ਫੇਸਬੁੱਕ ਤੇ ਮੇਰੀ ਕੋਈ ਹੈ ਨਹੀਂ ਸੀ ਮਤਲਬ ਵੀ ਮੇਰੀ ਪਛਾਣ ਜੀ ਜੀ। ਤੇ ਉਸ ਤੋਂ ਬਾਅਦ ਜਿਉਂ ਹੌਲੀ ਹੌਲੀ ਅੱਗੇ ਵੱਧਦੇ ਗਏ, ਅਸੀਂ ਵੱਧਦੇ ਗਏ ਹਾਂ, ਵੱਧਦੇ ਗਏ ਹਾਂ, ਤੇ ਮੁੜ ਕੇ ਬਾਅਦ ਦੇ ਵਿੱਚ ਜਿਉਂ ਮੇਰੇ ਦੋਸਤਾਂ ਨੂੰ ਪਤਾ ਲੱਗਾ ਵੀ ਮਤਲਬ ਬਘੇਲ ਸਿੰਘ ਕਿਸੇ ਹੱਦ ਤੱਕ ਸਹੀ ਸੀ, ਫਿਰ ਅਸੀਂ ਇੱਕ ਹੋਏ, ਫਿਰ ਬਾਅਦ ਦੇ ਵਿੱਚ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਮਤਲਬ ਵੀ ਇਹਨਾਂ ਨੂੰ ਜਵਾਬ ਦੇਣੇ ਸ਼ੁਰੂ ਕੀਤੇ ਜੀ। ਹਰੇਕ ਪ੍ਰਚਾਰਕ ਨੂੰ ਅਸੀਂ ਜਿਹਦੇ ਵਿੱਚ ਕੁਝ ਸਮਾਂ ਮੈਂ ਜਿਹੜਾ ਵਾ ਮਤਲਬ ਵੀ 6 ਮਹੀਨੇ ਮੈਂ ਸਿਰਫ ਇੱਕ ਕਮਰੇ ਦੇ ਵਿੱਚ ਇਕੱਲੇ ਨੇ ਬੰਦ ਹੋ ਕੇ ਬਿਤਾਏ, ਮੈਂ ਸਿਰਫ ਬਾਥਰੂਮ ਕਰਨ ਤੇ ਰੋਟੀ ਖਾਣ ਲਈ ਬਾਹਰ ਨਿਕਲਦਾ ਸੀ, ਉਦੋਂ ਵਿੱਚ ਮਤਲਬ ਵੀ ਇਹਨਾਂ ਲੋਕਾਂ ਨੂੰ ਜਵਾਬ ਦੇਣ ਵਾਸਤੇ ਮੈਂ ਗ੍ਰੰਥ ਪੜ੍ਹਦਾ ਸੀ, ਉਹਨਾਂ ਦੇ ਵਿੱਚੋਂ ਗੱਲਾਂ ਲੱਭਦਾ ਸੀ, ਇਤਿਹਾਸਕ ਕਿਤਾਬਾਂ ਪੜ੍ਹਦਾ ਸੀ, ਯਾਨੀ ਕਿ ਕਾਫੀ ਸਮਾਂ ਮਤਲਬ ਵੀ ਮੇਰੇ 6 ਮਹੀਨੇ ਜਿਹੜੇ ਸੀ ਇਹਨਾਂ ਨੂੰ ਜਵਾਬ ਦੇਣ ਦੇ ਵਿੱਚ ਗੁਜ਼ਰ ਗਏ। ਤੁਹਾਡੀ ਪਹਿਚਾਣ ਸੀ ਕਿ ਫੇਕ ਆਈਡੀ ਦੇ ਰਾਹੀਂ ਕਰਦੇ ਸੀ? ਨਹੀਂ, ਮੈਂ ਫੇਕ ਆਈਡੀ ਨਹੀਂ ਕਰਦਾ ਸੀ, ਪਰ ਉਦੋਂ ਮੇਰੀ ਆਈਡੀ ਦਾ ਨਾਂ ਸਿਰਫ ਬਘੇਲ ਸਿੰਘ ਹੀ ਸੀ ਜੀ। ਉਸ ਤੋਂ ਬਾਅਦ ਜਦੋਂ ਮੈਂ ਇੱਥੇ ਅਮਰੀਕਾ ਨੂੰ ਤੁਰਿਆ ਵਾਂ, ਅਮਰੀਕਾ ਤੋਂ ਜਦੋਂ ਮੈਂ ਮਤਲਬ ਵੀ
ਉੱਥੋਂ ਕੋਲੰਬੀਆ ਆਇਆ ਵਾਂ। ਕੋਲੰਬੀਆ ਦੇ ਵਿੱਚੋਂ ਜਦੋਂ ਪਨਾਮਾ ਦਾ ਜੰਗਲ ਪਾਰ ਕਰਕੇ ਕੋਸਟਾ ਰੀਕਾ ਤੋਂ ਮੈਂ ਇੱਥੇ ਪਹੁੰਚਾ ਵਾਂ, ਹੌਂਡਰਸ ਪਹੁੰਚਾ ਵਾਂ, ਉਦੋਂ ਮੇਰਾ ਮਤਲਬ ਵੀ ਮੇਰੇ ਪੈਰਾਂ ਦੀ ਹਾਲਤ ਇਹ ਸੀ ਵੀ ਮੈਨੂੰ ਇੱਕ ਰੀ ਮਤਲਬ ਵੀ ਜਿਹੜੇ ਰਸਤੇ ਦੇ ਵਿੱਚ ਡੌਂਕਰ ਸੀ ਉਹਨਾਂ ਨੇ ਸ਼ੂਟ ਕਰਨ ਦਾ ਵੀ ਮਨ ਬਣਾ ਲਿਆ ਸੀ ਕਿ ਕੋਈ ਤੁਰਿਆ ਨਹੀਂ ਜਾਂਦਾ ਤੇ ਇਹਨੂੰ ਆਪਾਂ ਸ਼ੂਟ ਕਰ ਦਈਏ ਜੀ। ਉਹ ਸ਼ੂਟ ਕਰਨ ਦੀ ਗੱਲ ਜਦੋਂ ਹੋਈ ਤੇ ਮੈਂ ਇੱਕ ਬਜ਼ੁਰਗ ਸੀ ਡੌਂਕਰ ਵਿੱਚ, ਉਹਨੇ ਇੰਨੀ ਗੱਲ ਆਖੀ ਵੀ ਮਾਰੋ ਨਾ ਇਹਨੂੰ, ਛੱਡ ਜਾਵਾਂਗੇ ਜੇ ਇਹਦੀ ਵਧੀ ਹੋਊਗੀ ਜਾਂ ਇਹ ਬਚ ਗਿਆ ਪੁਲਿਸ ਤੋਂ ਤਾਂ ਇਹ ਅੱਗੇ ਆਪੇ ਕਿਸੇ ਨਾ ਕਿਸੇ ਤਰੀਕੇ ਦੂਜੇ ਬੰਦਿਆਂ ਨਾਲ ਪਿੱਛੋਂ ਜਿਹੜਾ ਗਰੁੱਪ ਹੈਗਾ ਉਹ ਨਾ ਆ ਜਾਏਗਾ। ਉੱਥੋਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਕੇ ਤੁਰ ਪਿਆ। ਚਲੋ ਜਦੋਂ ਮੈਂ ਹੌਂਡਰਸ ਪਹੁੰਚਿਆ ਤਾਂ ਮੇਰੇ ਨਾਲ ਦਿਮਾਗ 'ਚ ਇੱਕੋ ਹੀ ਗੱਲ ਸੀ ਕਿ ਪਰਮਾਤਮਾ ਨੇ ਇੱਥੋਂ ਤੱਕ ਲੈ ਆਂਦਾ ਤੇ ਚਲੋ ਜੀ ਆਪਣੀ ਕੋਈ ਸੇਵਾ ਕੀਤੀ ਕੰਮ ਆ ਗਈ। ਉਹ ਇੱਦਾਂ ਹੀ ਹੱਸਦੇ ਹੱਸਦੇ ਉੱਥੋਂ ਮੈਂ ਕਿਸੇ ਬੰਦੇ ਕੋਲ ਫੋਨ ਫੜ ਕੇ ਤੇ ਆਪਣੀ ਆਈਡੀ ਓਪਨ ਕੀਤੀ। ਮੈਂ ਹਸਪੀਟਲ ਰਿਹਾ ਉੱਥੇ 8 ਦਿਨ, ਆਈਡੀ ਓਪਨ ਕੀਤੀ ਤੇ ਮੈਂ ਹੱਸਦੇ ਹੱਸਦੇ ਨਾਲ ਦੇ ਆਪਣੇ ਭਤੀਜੇ ਨੂੰ ਕਿਹਾ, ਮੈਂ ਕਿਹਾ ਵੀ ਯਾਰ ਬੜਾ ਹੀ ਕੁੱਤੇ ਖਾਣੀ ਵਾਲਾ ਕੰਮ ਹੋਇਆ ਜੀ। ਉਹ ਬਸ ਉਦੋਂ ਮੈਂ ਜਿਉਂ ਇੰਨੀ ਗੱਲ ਕੀਤੀ ਉਧਰੋਂ ਮੈਂ ਇੱਕ ਆਪਣੀ ਆਈਡੀ ਓਪਨ ਕੀਤੀ ਆ, ਉਧਰੋਂ ਅਗਲੇ ਬੰਨੇ ਪੋਸਟ ਆ ਗਈ ਤੇ ਮੈਂ ਉਹਨੂੰ ਹੱਸਣ ਡਿਆ। ਮੈਂ ਕਿਹਾ ਵੀ ਮੈਂ ਨਾ ਅੱਜ ਇਹਦੀ ਮੈਂ ਕੁੱਤੇ ਖਾਣੀ ਕਰਨੀ ਆ ਬੜੇ ਦਿਨ ਬਾਅਦ। ਮਤਲਬ ਇਹ ਮੇਰੇ ਹਿਸਾਬ ਨਾਲ ਜੀ 2017 ਦੀ ਗੱਲ ਆ ਜੀ। ਤੇ ਉਸ ਤੋਂ ਬਾਅਦ ਜੀ ਜਦੋਂ ਮੁੜ ਕੇ ਬਾਅਦ ਦੇ ਵਿੱਚ ਮੈਂ ਉੱਥੇ ਮਤਲਬ ਵੀ ਜਦੋਂ ਮੈਂ ਉੱਥੇ ਡੈ ਪੇ ਕਮੈਂਟਾਂ ਦੇ ਵਿੱਚ ਕੰਮ ਚੱਲ ਪਿਆ, ਫਿਰ ਮੈਂ ਉੱਥੋਂ ਬਾਅਦ ਦੇ ਵਿੱਚ ਆਪਣੀ ਆਈ ਡੀ ਦਾ ਨਾਮ ਬਦਲ ਕੇ ਬਘੇਲ ਸਿੰਘ ਕੁੱਤੇ ਖਾਣੀ ਸਪੈਸ਼ਲਿਸਟ ਕਰ ਦਿੱਤਾ ਜੀ। ਉਦੋਂ ਤੋਂ ਬਾਅਦ ਮੇਰੀ ਆਈ ਡੀ ਚੱਲਦੀ ਰਹੀ, ਵਿੱਚੋਂ ਕੁਝ ਮਤਲਬ ਵੀ ਚਲੋ ਜਵਾਬ ਵੀ ਦਿੰਦੇ ਰਹੇ ਲੋਕਾਂ ਨੂੰ ਸਾਰੇ ਤਰੀਕੇ ਨਾਲ ਕਰਦੇ ਰਹੇ। ਫਿਰ ਬਾਅਦ ਦੇ ਵਿੱਚ ਮੇਰੇ ਕੁਝ ਸਮਾਂ ਮੇਰਾ ਆਪਣਾ ਹੀ ਮਨ ਥੋੜਾ ਜਿਹਾ ਦੁਖੀ ਹੋ ਗਿਆ, ਫਿਰ ਮੈਂ ਆਈ ਡੀ ਬੰਦ ਕੀਤੀ। ਉਹ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਸ਼ੁਰੂ ਕੀਤਾ। ਉਹਦੇ ਵਿੱਚ ਕਾਫੀ ਮਤਲਬ ਵੀ ਮੇਰੀ ਪ੍ਰਚਾਰਕਾਂ ਦੇ ਨਾਲ ਮਤਲਬ ਵੀ ਜਿਹੜੇ ਗਲਤ ਵਹੀ ਜਿੱਦਾਂ ਮਤਲਬ ਮੇਰੀ ਨਿਗਾਹ ਦੇ ਵਿੱਚ ਗਲਤ ਸੀ, ਜੋ ਆਪਣੇ ਆਪ ਨੂੰ ਮਤਲਬ ਵੀ ਸਬਜ਼ੀਆਂ ਬਣਾਉਣ ਨੂੰ, ਚਾਹ ਬਣਾਉਣ ਨੂੰ, ਜਾਂ ਮਤਲਬ ਵੀ ਕੁੜੀਆਂ ਮੁੰਡਿਆਂ ਦੇ ਫੋਨ ਤੇ ਗੱਲਾਂ ਕਰਨ ਵਾਲੀਆਂ ਗੱਲਾਂ ਨੂੰ ਹੀ ਗੁਰਮਤਿ ਪ੍ਰਚਾਰ ਦੱਸੀ ਜਾਂਦੇ, ਉਹਨਾਂ ਨਾਲ ਮੇਰੀ ਨਹੀਂ ਬਣਦੀ। ਚਲੋ ਜੀ ਉਹਨਾਂ ਨੇ ਆਪਣੇ ਵਿਚਾਰਕ ਮਤਭੇਦ ਹੋ ਸਕਦੇ ਆ ਕਿਸੇ ਨਾਲ ਵੀ, ਹਾਂਜੀ ਕਿਸੇ ਨਾਲ ਵੀ ਹੋ ਸਕਦੇ। ਅੱਜ ਜਦੋਂ ਤੁਹਾਨੂੰ ਇੰਨੀ ਫੇਮ ਮਿਲ ਚੁੱਕੀ, ਤੁਹਾਡੇ ਚਿਹਰੇ ਮੋਹਰੇ ਨੂੰ ਜਾਣਦੇ ਆ ਲੋਕੀ, ਤੁਹਾਨੂੰ ਲੱਗਦਾ ਵੀ ਇਹ ਜਿਹੜਾ ਹੁਣ ਕੁੱਤੇ ਖਾਣੀ ਸਪੈਸ਼ਲਿਸਟ ਸ਼ਬਦ ਕੱਟ ਦੇਣਾ ਚਾਹੀਦਾ ਵੀ ਬਘੇਲ ਸਿੰਘ ਜਾਂ ਤੁਹਾਡਾ ਨਾਂ ਬਲਜੀਤ ਸਿੰਘ ਹੈ, ਸਪੈਸ਼ਲ ਇਹੀ ਪਹਿਚਾਣ ਰੱਖਣੀ ਚਾਹੀਦੀ ਆ? ਨਹੀਂ ਦੇਖੋ ਜੀ ਜਿੱਦਾਂ ਮੇਰੀ ਫੋਟੋ ਵਾਇਰਲ ਹੋਈ ਸੀ ਪਿਛਲੇ ਸਾਲ ਜੀ, ਜਦੋਂ ਮੇਰੀ ਕੁਝ ਫੋਟੋ ਸਾਡੇ ਪੁਰਾਣੇ ਗਰੁੱਪ ਦੇ ਮੈਂਬਰਾਂ ਨੇ ਵਾਇਰਲ ਕਰ ਦਿੱਤੀ, ਤਾਂ ਉਸ ਤੋਂ ਬਾਅਦ ਮੈਂ ਆਪਣੀਆਂ ਫੋਟੋਆਂ ਪੇਜ ਫੇਸਬੁੱਕ ਤੇ ਪਾਈਆਂ। ਫਿਰ ਮੈਂ ਮਤਲਬ ਵੀ ਲਾਈਵ ਹੋਣ ਲੱਗ ਪਿਆ, ਫਿਰ ਵਿੱਚ ਵਿਚਰਨ ਡਹਿ ਪਿਆ ਲੋਕਾਂ ਦੇ, ਜਿਹੜੀ ਮਤਲਬ ਵੀ ਕੋਈ ਗੱਲਬਾਤ ਸੀ, ਕੁਝ ਮੇਰੀਆਂ ਫੋਟੋਆਂ ਦੇ ਉੱਤੇ ਗੰਦ ਮੰਦ ਲਿਖ ਕੇ ਲੋਕਾਂ ਨੇ ਪਾਇਆ। ਮੈਂ ਕਿਹਾ ਚਲੋ ਅਸੀਂ ਵੀ ਬਥੇਰਾ ਗੰਦ ਪਾਇਆ, ਕੋਈ ਗੱਲ ਨਹੀਂ ਪਾ ਲਿਓ, ਪਰ ਜਿਹੜੀ ਇੱਕ ਮੇਰੀ ਫੋਟੋ, ਮੇਰੀ ਪ੍ਰੋਫਾਈਲ ਫੋਟੋ ਤੇ ਇਹ ਮੇਰਾ ਨਾਮ ਆ, ਇਹ ਇੱਕ ਮਤਲਬ ਵੀ ਜ਼ਰੂਰੀ ਨਹੀਂ ਹੋਣੀ ਮਤਲਬ ਮੇਰਾ ਨਾਂ ਫੇਮਸ ਹੋਇਆ ਵਾ। ਮੈਨੂੰ ਜਿਹੜੇ ਪ੍ਰਚਾਰਕ ਨੇ ਨਾ, ਉਹਨਾਂ ਪ੍ਰਚਾਰਕ ਜਿੱਦਾਂ ਮਤਲਬ ਵੀ ਤੁਸੀਂ ਜਿਹੜੇ ਪੰਥਪ੍ਰੀਤ ਸਿੰਘ ਹੋਣਾ ਨਾ, ਜਿਹੜੇ ਸਰਬਜੀਤ ਸਿੰਘ ਧੁੰਦੇ ਹੋਣਾ ਨਾ, ਡਮਾਜੀ ਹੋਣਾ ਨਾ, ਢਪਾਲੀ ਹੋਣਾ ਨਾ, ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਜਿਹੜੇ ਲੋਕ ਜੁੜੇ ਆ, ਉਹ ਮੈਨੂੰ ਕਾਫੀ ਚਿਰ ਦੇ ਜਾਣਦੇ ਆ। ਮਤਲਬ ਵੀ ਇਹ ਨਹੀਂ ਗੱਲ ਹੈਗੀ ਵੀ ਇਹ ਨਾਂ ਮਤਲਬ ਵੀ ਅੱਜ ਸਾਹਮਣੇ ਆਇਆ, ਸਿਰਫ ਇਹ ਅੱਜ ਇੱਕ ਮਤਲਬ ਵੀ ਸ਼ਾਇਦ ਮੇਰੀ ਵੱਲੋਂ ਇਹਨੂੰ ਚੰਗੇ ਕਾਰਜ ਕਰਕੇ ਲੋਕਾਂ ਨੇ ਜ਼ਿਆਦਾ ਪਸੰਦ ਕੀਤਾ ਵਾ ਜੀ। ਪਰ ਜੇ ਆਪਾਂ ਸਾਹਮਣੇ ਆਉਣ ਦੀ ਜਾਂ ਫੇਮ ਦੀ ਗੱਲ ਗੋਲਡੀ ਹੋਣੀ ਕਰਦੇ ਆ, ਤਾਂ ਫੇਮ ਤੇ ਆਪਣਾ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਹੀ ਇਹਨਾਂ ਦਾ ਵੀ ਰਣਜੀਤ ਸਿੰਘ ਆਪਣੀਆਂ ਇੰਟਰਵਿਊ ਦੇ ਵਿੱਚ ਸਾਡਾ ਨਾਂ ਲੈ ਕੇ ਚੀਕਾਂ ਪਹਿਲਾਂ ਹੀ 6 ਮਹੀਨੇ ਮਾਰ ਚੁੱਕਾ। ਅੱਛਾ ਤੁਸੀਂ ਕਿਸੇ ਦੀ ਸਿਫਤ ਸਲਾਹ ਕਰਦੇ ਹੋ ਵੀ ਜੇ ਕੋਈ ਚੰਗਾ ਕੰਮ ਕਰੇ ਉਹਦਾ ਨਾਂ ਵੀ ਲੈਂਦੇ ਵੀ ਆਹ ਕੰਮ ਬੰਦਾ ਵਧੀਆ ਕਰ ਰਿਹਾ? ਵੇਖੋ ਜੀ ਸਿਫਤ ਸਲਾਹ ਆਪਾਂ ਤੇ ਅਜੇ ਤੱਕ ਤੇ ਆਪਾਂ ਸੰਤ ਜਰਨੈਲ ਸਿੰਘ ਜੀ ਦੀ ਕਰਦੇ ਜੀ, ਹੋਰ ਕਿਸੇ ਬੰਦੇ ਦੀ ਆਪਾਂ ਸਿਫਤ ਸਲਾਹ ਕਰਦੇ ਨਹੀਂ। ਆਪਾਂ ਸੰਤ ਸਿੰਘ ਮਸਕੀਨ ਦੀ ਸਿਫਤ ਸਲਾਹ ਕਰਦੇ ਹਾਂ, ਜਿਹੜਾ ਬੰਦਾ ਪਰਮਾਤਮਾ ਨਾਲ ਲੋਕਾਂ ਨੂੰ ਜੋੜਦਾ, ਜਿਹੜਾ ਸ਼ਰਧਾ ਬਣਾਈ ਰੱਖਦਾ, ਜਿਹੜਾ ਬੰਦਾ ਪਰਮਾਤਮਾ ਦਾ ਡਰ ਇਨਸਾਨ ਦੇ ਅੰਦਰ ਪੈਦਾ ਕਰਦਾ, ਆਪਾਂ ਉਹਦੀ ਸਿਫਤ ਸਲਾਹ ਕਰਦੇ ਹਾਂ। ਉਹ 'ਚ ਸਾਨੂੰ ਵੇਖੋ ਜੇ ਕੋਈ ਚੰਗਾ ਕੰਮ ਕੋਈ ਵੀ ਕਰੂਗਾ ਨਾ, ਸਿਫਤ ਸਲਾਹ ਕਰਨੀ ਉਹਦੀ ਬਣਦੀ ਆ ਜੀ, ਇਹ ਗੱਲ ਨਹੀਂ ਹੈਗੀ। ਤੁਸੀਂ ਆਪਣੇ ਆਪ ਨੂੰ ਜੱਜ ਕਿਉਂ ਕਰਦੇ ਹੋ ਵੀ ਇਹ ਬੰਦਾ ਗਲਤ ਹੈ ਮੈਂ ਠੀਕ ਹਾਂ? ਨਹੀਂ ਵੇਖੋ ਜੱਜ ਕਰਨ ਦੀ ਇੱਕ ਇਹ ਤੁਹਾਡੀ ਮਤਲਬ ਵੀ ਮਾਨਸਿਕਤਾ ਵਾ ਜੀ। ਮੇਰੀ ਹੁਣ ਵੇਖੋ ਤੁਸੀਂ ਇੱਕ ਜਿੱਦਾਂ ਹੁਣ ਆਪਾਂ ਪਹਿਲੇ ਤੌਰ ਦੇ ਉੱਤੇ ਗੱਲ ਕਰ ਲਈਏ, ਤੁਸੀਂ ਇੱਕ ਗੱਲ ਸਮਝ ਲਓ, ਰਣਜੀਤ ਸਿੰਘ ਅੱਜ ਤੱਕ ਆਪਣੀ ਕਿਸੇ ਗੱਲ ਤੇ ਵੀ ਨਹੀਂ ਟਿਕਿਆ ਜੀ। ਕੁਦਰਤੀ ਰੱਬ ਆ, ਫਿਰ ਬਾਅਦ ਵਿੱਚ ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ, ਕੁਦਰਤ ਵੀ ਰੱਬ ਆ ਪਰ ਇੱਕ ਰੱਬ ਹੋਰ ਹੈਗਾ ਜੀ। ਪਹਿਲਾਂ ਉਹਨੇ ਸਾਰੀਆਂ ਗੱਲਾਂ ਦੇ ਉੱਤੇ ਸ਼ਰਧਾ ਨੂੰ ਹਿੱਟ ਕੀਤਾ, ਮੁੜ ਕੇ ਮੇਰੇ ਪੇਜ ਦੇ ਉੱਤੇ ਸਭ ਕੁਝ ਪਿਆ, ਤੁਸੀਂ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਮੁੜ ਕੇ ਕਹਿੰਦਾ ਕਿਸੇ ਦੀ ਸ਼ਰਧਾ ਨੂੰ ਹਿੱਟ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਪੱਥਰ 'ਚ ਹੋਵੇ ਜੀ। ਜਦੋਂ ਇੱਕ ਬੰਦੇ ਨੂੰ ਸਰਬਜੀਤ ਸਿੰਘ ਧੁੰਦੇ ਨੇ ਇੱਕ ਮਤਲਬ ਵੀ ਕੀਤਾ ਸੀ, ਇੱਕ ਮਤਲਬ ਵੀ ਇੱਕ
ਚਰਚਾ ਦੇ ਵਿੱਚ ਬੈਠੇ ਇੰਨੀ ਗੱਲ ਕੀਤੀ ਸੀ ਕਿ ਬਾਣੀ ਕਹਿੰਦੀ ਆ ਕਿ ਮੱਛੀ ਰੁੱਖ ਤੇ ਆਂਡੇ ਦਿੰਦੀ, ਤੁਸੀਂ ਦੱਸੋ ਮੱਛੀ ਰੁੱਖ ਤੇ ਆਂਡੇ ਦਿੰਦੀ ਆ, ਸ਼ੇਰ ਬੱਕਰੀਆਂ ਚਾਰ ਸਕਦਾ। ਧੁੰਦੇ ਨੂੰ ਉਹ ਜਵਾਬ ਮੈਂ ਹੀ ਦਿੱਤੇ ਸੀ, ਪੰਜਾਂ ਸੱਤਾਂ ਬੰਦਿਆਂ ਨੇ ਵੀਡੀਓ ਲੱਭੀਆਂ, ਮੱਛੀ ਰੁੱਖ ਤੇ ਆਂਡੇ ਦਿੰਦੀ ਆ, ਸ਼ੇਰ ਹਿਰਨ ਦਾ ਬੱਚਾ, ਮਤਲਬ ਵੀ ਤੂੰ ਆਂਦਾ ਨਾ ਸ਼ੇਰ ਬੱਕਰੀਆਂ ਚਾਰ ਸਕਦਾ, ਅਸੀਂ ਉਹਨੂੰ ਸ਼ੇਰ ਦਾ ਸ਼ੇਰ ਨੂੰ ਹਿਰਨ ਦਾ ਬੱਚਾ ਪਾਲਦੇ ਵਿਖਾ ਲਿਆ। ਪਰ ਕਈ ਬੰਦੇ ਕਹਿੰਦੇ ਆ ਵੀ ਗੁਰਬਾਣੀ ਜਿਹੜੇ ਹੈ ਭਾਵ ਅਰਥ ਕੁਝ ਹੋਰ ਹੋਇਆ ਕਰਦੇ ਆ, ਸ਼ਬਦਿਕ ਅਰਥ ਕੁਝ ਹੋਰ ਹੋਇਆ ਕਰਦੇ ਆ, ਕਈ ਵਾਰੀ ਸਾਡੀ ਸਮਝ ਤੋਂ ਬਾਹਰ ਹੋ ਸਕਦੀ ਹੈ। ਇਹ ਹੋ ਸਕਦਾ ਵੀ ਸਾਡੀ ਵੀ ਸਮਝ ਤੋਂ ਬਾਹਰ ਹੋਵੇ ਕਿ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਆ। ਅੱਜ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਤੁਸੀਂ ਟਾਰਗੇਟ ਕੀਤਾ ਇਹਨਾਂ ਨੂੰ, ਅੱਜ ਤੁਸੀਂ ਸਮਾਜ ਸੇਵਾ ਦੇ ਉੱਤੇ ਵੀ ਪੂਰਾ ਅੱਡਾ ਲਾਇਆ ਹੋਇਆ, ਤੇ ਜੇ ਤੁਸੀਂ ਇਸੇ ਤਰ੍ਹਾਂ ਜਿਵੇਂ ਪਹਿਲੇ ਸੰਤ ਬਾਬਿਆਂ ਨੂੰ ਜਾਂ ਫਿਰ ਪ੍ਰਚਾਰਕਾਂ ਦੇ ਨਾਲ ਪੰਗਾ ਪਾਇਆ, ਤੇ ਹੁਣ ਤੁਸੀਂ ਸੇਵਾਦਾਰਾਂ ਜਿਹੜੇ ਸਮਾਜ ਦੇ ਵਿੱਚ ਸੇਵਾ ਕਰਦੇ ਆ ਤੁਸੀਂ ਉਹਨਾਂ ਦੇ ਨਾਲ ਪੰਗਾ ਪਾਇਆ, ਮੇਰੇ ਸ਼ਬਦ ਵਰਤ ਰਿਹਾ, ਵੀ ਜੇ ਇਸ ਤਰ੍ਹਾਂ ਹੀ ਕਰਦੇ ਰਹੇ ਤੇ ਤੁਹਾਨੂੰ ਨੀ ਲੱਗਦਾ ਵੀ ਇਹ ਸੇਵਾ ਬੰਦ ਹੋ ਜਾਊਗੀ? ਏਦਾਂ ਸੇਵਾ ਬੰਦ ਨਹੀਂ ਹੋਏਗੀ। ਤੁਸੀਂ ਇਹ ਗੱਲ ਕਿਉਂ ਸਮਝਦੇ ਹੋ ਕਿ ਏਦਾਂ ਸੇਵਾ ਬੰਦ ਹੋ ਜਾਏਗੀ? ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਮੈਂ ਸੁਣਿਆ ਵੀ ਅਨਮੋਲ ਕਵਾਤਰਾ ਜੀ ਕਹਿ ਰਿਹਾ ਹੈ, ਅਨਮੋਲ ਕਵਾਤਰਾ, ਵੀ ਸਾਡੇ ਕੋਲ ਫੰਡਿੰਗ ਬੰਦ ਹੋ ਚੁੱਕੀ ਹੈ, ਵੀ ਅਸੀਂ ਹੋਰ ਮਰੀਜ਼ ਚੈੱਕ ਨਹੀਂ ਕਰਨੇ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਫਿਰ ਤਾਂ ਨੈਚੁਰਲੀ ਫੰਡਿੰਗ ਲੋਕਾਂ ਨੇ ਦੇਣੀ ਬੰਦ ਕਰ ਦੇਣੀ ਹੈ, ਤੇ ਜੇ ਫੰਡਿੰਗ ਦੇਣੀ ਬੰਦ ਹੋ ਰਹੀ ਹੈ ਤੁਹਾਡੇ ਕਰਕੇ, ਜਾਂ ਫਿਰ ਇਹ ਲੋਕ ਕੋਈ ਚਾਲ ਇਹ ਝੂਠ ਬੋਲਦੇ ਆ। ਵੇਖੋ ਜੀ, ਇੱਕ ਜਦੋਂ ਕੋਈ ਵੀ ਮਤਲਬ ਵੀ ਇੱਕ ਜਾਗਰੂਕਤਾ ਆਉਂਦੀ ਹੈ ਨਾ ਲੋਕਾਂ ਦੇ ਵਿੱਚ, ਜਦੋਂ ਇੱਕ ਮਤਲਬ ਵੀ ਕੋਈ ਗੱਲਬਾਤ ਨਵਾਂ, ਮਤਲਬ ਵੀ ਕੋਈ ਸਿਸਟਮ ਕਾਨੂੰਨ ਹੀ ਲਾ ਲਓ ਜਾਂ ਕੁਝ ਵੀ ਨਵਾਂ ਹੁੰਦਾ, ਉਹਨੂੰ ਥੋੜਾ ਜਿਹਾ ਉਹਦੇ ਵਿੱਚ ਗੈਪ ਪੈਂਦਾ ਹੈ ਜੀ, ਇੱਕ ਪੁਲ ਬਣਦਾ ਹੈ ਨਾ, ਉਹ ਬੰਦ ਕਰਨਾ ਪੈਂਦਾ ਥੋੜੇ ਚਿਰ ਲਈ ਜੀ। ਠੀਕ ਆ ਜੀ, ਕੋਈ ਜਿੱਦਾਂ ਹੁਣ ਮੰਨ ਲਓ ਵੀ ਇੱਕ ਪਾਣੀ ਦਾ ਵਹਾਵ ਆ, ਉਹ ਮਤਲਬ ਵੀ ਸਾਲ ਦੇ ਵਿੱਚ ਉਹਨੂੰ ਆਪਾਂ ਇੱਕ ਵਾਰੀ ਬੰਦ ਕਰਕੇ ਉਹਦੇ ਵਿੱਚ ਜਿਹੜਾ ਕਚਰਾ ਕੁਚਰਾ ਆਇਆ ਵਾ ਨਾ, ਉਹ ਵਹਾ ਜਿਹੜਾ ਵਾ ਉਹਨੂੰ ਸਹੀ ਕਰਨ ਵਾਸਤੇ, ਉਹ ਜਿਹੜੇ ਉਹਦੇ ਅੱਗੇ ਜਿਹੜੇ ਮਤਲਬ ਵੀ ਰੁੱਖ, ਘਾਹ, ਬੂਟ ਜਿਹੜੀਆਂ ਮਤਲਬ ਵੀ ਕੁਝ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨਾ, ਜਿਹੜਾ ਪਾਣੀ ਦੇ ਵਹਾ ਨੂੰ ਰੋਕ ਕੇ ਘੱਟ ਕਰ ਦਿੰਦੀਆਂ ਜੀ, ਉਹ ਸਾਫ਼ ਕਰਨ ਲਈ ਇੱਕ ਵਾਰੀ ਪਾਣੀ ਦਾ ਵਹਾ ਰੋਕਣਾ ਪੈਂਦਾ। ਇਟ ਮੀਨਸ ਤੁਹਾਡੇ ਕਰਕੇ, ਤੁਹਾਡੇ ਪ੍ਰਚਾਰ ਦੇ ਸਦਕਾ ਇਹਨਾਂ ਲੋਕਾਂ ਦੀ ਫੰਡਿੰਗ ਰੁਕੀ ਹੈ, ਜਾਂ ਇਹ ਚਾਲ ਹੈ ਵੀ ਝੂਠ ਬੋਲਦੇ ਆ ਵੀ ਸਾਨੂੰ ਫਰਕ ਨਹੀਂ ਪਿਆ ਜਾਂ ਪਿਆ ਕੁਛ? ਵੇਖੋ, ਫੰਡਿੰਗ ਤੇ ਮੈਂ ਕਹਿੰਦਾ ਵਾਂ ਵੀ ਘੱਟੋ ਘੱਟ ਨਹੀਂ, ਜ਼ਿਆਦਾ ਨਹੀਂ, ਤੇ 45% ਰੁਕੀ ਆ ਜੀ। ਪਰ ਇਹ ਜਿਹੜੀ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਵਾਂ ਵੀ ਜੇ ਇਹ ਜਿਹੜਾ ਇਹ ਥੋੜਾ ਜਿਹਾ ਸਮਾਜ ਸੇਵਾ ਦੇ ਵਿੱਚ ਜਾਂ ਸੇਵਾ ਦੇ ਵਿੱਚ ਥੋੜਾ ਜਿਹਾ ਖਲਾਅ ਆਊਗਾ ਨਾ ਜੀ, ਇਹ ਖਲਾਅ ਆਉਣ ਤੋਂ ਬਾਅਦ ਜਦੋਂ ਦੁਬਾਰਾ ਜਿਹੜੀ ਆ ਉਹ ਕਿਸੇ ਸਹੀ ਤਰੀਕੇ ਨਾਲ, ਇੱਕ ਪਾਰਦਰਸ਼ਤਾ ਨਾਲ, ਇੱਕ ਵਿਜ਼ੀਬਿਲਟੀ ਨਾਲ ਜਦੋਂ ਇਹ ਕੰਮ ਸ਼ੁਰੂ ਹੋਊਗਾ ਨਾ, ਉਦੋਂ ਜਿਹੜਾ ਪੈਸਾ ਜਾਏਗਾ ਉਹ ਪੂਰੇ ਗਰੀਬਾਂ ਤੱਕ ਜਾਏਗਾ। ਤੁਹਾਡੇ ਕੋਲ ਕੋਈ ਪਲਾਨ ਹੈ ਇਸ ਤਰ੍ਹਾਂ ਦਾ ਜੀ? ਹਾਂਜੀ, ਪਲਾਨ ਹੈ। ਜਿਹੜਾ ਪਲਾਨ ਮੈਂ ਵਰਤਣ ਡਿਆ ਉਹ ਪਲਾਨ ਮੈਂ ਥੋੜੇ ਚਿਰ ਤੱਕ ਬਿਲਕੁਲ ਸਾਰੇ ਲੋਕਾਂ ਦੇ ਸਾਹਮਣੇ ਰੱਖਾਂਗਾ। ਮੈਂ ਥੋੜਾ ਜਿਹਾ ਇਸ ਕੰਮ ਨੂੰ ਇਹਨਾਂ ਦੇ ਵੱਲ ਵੇਖਣ ਡਿਆ ਵੀ ਇਹ ਜਿਹੜੇ ਆ ਇਹ ਕਿਸ ਤਰ੍ਹਾਂ ਮਤਲਬ ਵੀ ਇਹ ਕਰਦੇ ਆ। ਮੈਂ ਇੱਕ ਸਿਰਫ ਇਹਨਾਂ ਦੀ ਮਾਫ਼ੀ ਦੀ ਉਡੀਕ ਦੇ ਵਿੱਚ ਹਾਂ ਵੀ ਜਿਹੜੀ ਇਹ ਆਪਣੀ ਗਲਤੀ ਮੰਨਣ, ਹੋ ਸਕਦਾ ਜਿਹੜਾ ਕੰਮ ਵਾ ਉਹ ਇਹਨਾਂ ਰਾਹੀਂ ਹੀ ਸਾਰਾ ਕਰਵਾਇਆ ਜਾਵੇ, ਪਰ ਉਹਦੇ ਵਿੱਚ ਅਸੀਂ ਆਪਣੀ ਖੁਦ ਦੀ ਵਿਜੀਬਿਲਟੀ ਰੱਖਾਂਗੇ। ਜਿੰਨੇ NRI ਭਰਾ ਮੇਰੇ ਉਹ ਸਾਰੀ ਵਿਜੀਬਿਲਟੀ ਰੱਖਾਂਗੇ, ਸਾਨੂੰ ਪਤਾ ਹੋਊਗਾ ਅਸੀਂ ਕਿੰਨੇ ਪੈਸੇ ਭੇਜੇ ਨੇ, ਇਹਨਾਂ ਕੋਲ ਕਿੰਨੇ ਗਏ ਨੇ, ਤੇ ਕਿੰਨਾ ਪੈਸਾ ਵਰਤੇ ਗਿਆ, ਕਿੰਨਾ ਬਚਿਆ ਵਾ, ਕਿੰਨਾ ਦੂਜੇ ਪਰਿਵਾਰ ਲਈ ਸਾਨੂੰ ਜਿਹੜਾ ਵਾ ਉਹ ਮਤਲਬ ਵੀ ਅਵੇਲੇਬਲ ਆ ਹੁਣ ਅੱਗੇ ਲਈ। ਇਹਦਾ ਮਕਸਦ ਸੇਵਾ ਦਾ ਕੰਮ ਰੋਕਣਾ ਨਹੀਂ ਗਾ। ਜੇ ਅਸੀਂ ਸੇਵਾ ਰੋਕਣੀ ਹੁੰਦੀ ਤਾਂ ਅਸੀਂ, ਮੈਂ ਇੱਕ ਹੁਣੇ ਪੋਸਟ ਕੀਤੀ ਆ, ਇਹ ਸਾਰੀ ਮਤਲਬ ਵੀ ਜਿਹੜੀ ਲਾ ਦੀ ਹੈਗੀ ਆ, ਜਿਹੜਾ ਲਾ ਵਾ NGO ਦਾ, ਉਹਦੇ ਬਾਰੇ ਮੈਂ ਇੱਕ ਪੋਸਟ ਕੀਤੀ ਆ। ਹੁਣ ਉਹ ਪੋਸਟ ਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਆਹ ਸਾਰੀ ਪੋਸਟ ਜਿਹੜੀ ਆ ਨਾ ਇਹ ਮੈਂ ਹੁਣ ਪਾ ਕੇ ਹਟਿਆ, ਜਿਹੜੀ ਮਤਲਬ ਵੀ NGO ਲਾ ਦੇ ਉੱਤੇ ਆ। ਇਹ ਇੰਡੀਆ ਦਾ ਲਾ ਦੱਸ ਰਿਹਾ ਜਾਂ ਅਮਰੀਕਾ ਦਾ ਜੀ? ਹਾਂਜੀ ਸਰਦਾਰ ਬਗੇ ਸਿੰਘ ਜੀ, ਤੁਸੀਂ ਸੁਣ ਰਹੇ ਹੋ ਮੈਨੂੰ? ਮੇਰਾ ਕੁਐਸਚਨ ਇਹ ਆ ਵੀ ਤੁਸੀਂ ਜਿਹੜਾ ਇਹ ਲਾ ਦੱਸਦੇ ਪਏ ਹੋ, ਇਹ ਇੰਡੀਆ ਦਾ ਲਾ ਹੈ ਜਾਂ ਅਮਰੀਕਾ ਦਾ ਹੈਗਾ? ਹਾਂਜੀ, ਇਹ ਇੰਡੀਆ ਦਾ ਲਾ ਵਾ ਜੀ। ਜੀ, ਇਹ 1860 ਦੇ ਵਿੱਚ ਜਿਹੜਾ ਉਹ ਹੀ ਲਾ ਚੱਲੀ ਆਉਣ ਡਿਆ ਵਾ ਕਿ ਇਹ ਜਿਹੜਾ ਇਹ ਤੁਸੀਂ ਲਾ ਦੇ ਵਿੱਚ, ਹੁਣ ਵੇਖੋ ਲਾ ਹਰ ਇੱਕ ਕਾਨੂੰਨ ਦੇ ਵਿੱਚ ਹਰੇਕ ਕੰਟਰੀ ਦੇ ਵਿੱਚ ਹੈਗੇ ਆ। ਪਿਛਲੇ ਸਾਲ ਕਰੀਬ 2000 NGO ਅਮਰੀਕਾ ਨੇ ਬੰਦ ਕੀਤਾ ਵਾ ਜੀ। ਸਿਰਫ ਇਹ ਜਿਹੜੀ ਹੋ ਰਹੀ ਮਤਲਬ ਵੀ ਨਜਾਇਜ਼ ਫੰਡਿੰਗ ਤੇ ਉਹਦੀ ਖਾਣ ਦੇ ਮਤਲਬ ਵੀ ਜਿਹੜੇ
ਜੋ ਕਿੱਸੇ ਆਉਂਦੇ ਆ ਤੇ ਇਹਨੂੰ ਬੰਦ ਕੀਤਾ। ਜਿਹੜਾ ਐਨ ਜੀ ਓ ਖੋਲਣਾ ਤੇ ਐਨ ਜੀ ਓ ਰਜਿਸਟਰ ਕਰਾਉਣਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ जी। पर एदे वेच जेड़ा एक अपला वा जेड़ा जो लोकां नू देस रहा वा ओ नहीं हैगा, ओ कुछ नहीं हैगा। वेखो जी एदे वेच मैं तुहानू एक गल कहनी चाहुंदा वा जी, सरसे वाले ने बलात्कार कीते अज तक प्रेमी नहीं मानदे कि ओ बलात्कारी आ। किसी ने बलात्कार हुंदा नहीं वेख्या, किसी ने गुफा दे वेच कुड़ियां जांदियां नहीं वेखियां, पर एक कड़ी जुबी ਉਹ ਕੜੀ ਦੇ ਤੌਰ ਦੇ ਉੱਤੇ ਸਿਰਫ ਇੱਕ ਕੁੜੀ ਵੱਲੋਂ ਕੀਤੀ ਜਿਹੜੀ ਗੱਲ ਉਹ ਰਾਸ਼ਟਰਪਤੀ ਤੱਕ ਪਹੁੰਚੀ, ਇਹਦੀ ਜਿਉਂ ਸਾਰੀ ਗੱਲਬਾਤ ਹੋਈ ਆ ਤੇ ਉਹ ਤੋਂ ਬਾਅਦਾਂ ਜਿਹੜੇ ਸਾਰੇ ਸਬੂਤ ਚਿੱਠੇ ਉਹਦੇ ਸਾਰੇ ਸਾਹਮਣੇ ਆਏ, ਉਹ ਜੇਲ੍ਹ ਦੇ ਵਿੱਚ ਬੈਠਾ। ਠੀਕ ਹੈ ਜੀ। ਹੁਣ ਕਈ ਪ੍ਰਚਾਰਕ ਆਪਣੇ ਬੈਨਰਾਂ ਦੇ ਉੱਤੇ ਗੁਰਮਤਿ ਪ੍ਰਚਾਰ ਦਾ ਮਤਲਬ ਵੀ ਲਿਖ ਦਿੰਦੇ ਨੇ, ਅਕਸ਼ਰ ਲਿਖ ਦਿੰਦੇ ਗੁਰਮਤਿ ਪ੍ਰਚਾਰ, ਸਾਲਾਨਾ ਗੁਰਮਤਿ ਪ੍ਰਚਾਰ, ਹਫ਼ਤਾਵਾਰੀ ਗੁਰਮਤਿ ਪ੍ਰਚਾਰ। ਪਰ ਗੁਰਮਤਿ ਪ੍ਰਚਾਰ ਦੇ ਆਧਾਰ ਦੇ ਉੱਤੇ ਮਤਲਬ ਵੀ ਕੀ ਕਰਦੇ ਨੇ, ਸਬਜ਼ੀਆਂ ਬਣਾਉਣੀਆਂ, ਕਿੰਨੀ ਚਿਰ ਤੜਕਾ ਲਾਉਣਾ ਵਾ, ਚਾਹ ਕਿੱਦਾਂ ਬਣਾਉਣੀ, ਚਾਹ ਕਿੱਦਾਂ ਚਿਰ ਰੰਨਣੀ ਆ, ਕੁੜੀਆਂ ਮੁੰਡੇ ਫੋਨ ਦੇ ਉੱਤੇ ਗੱਲਾਂ ਕਿੱਦਾਂ ਕਰਦੇ ਆ, ਏਦਾਂ ਦੀਆਂ ਗੱਲਾਂ ਨੂੰ ਹੀ ਜਿਹੜਾ ਨਾ ਉਹ ਗੁਰਮਤਿ ਪ੍ਰਚਾਰ ਸਮਝੀ ਜਾਂਦੇ ਆ। ਇਹਨਾਂ ਲਈ ਮੈਂ ਇੱਕ ਵੱਖਰੀ ਵੱਖਰੀ ਕੈਟਾਗਰੀ ਬਣਾਈ ਆ, ਜਿਵੇਂ ਕਿ ਸਰਸੇ ਵਾਲਿਆਂ ਦੀਆਂ ਮਤਲਬ ਵੀ ਬੰਦਿਆਂ ਨੂੰ ਆਪਾਂ ਪ੍ਰੇਮੀ ਆਨੇ ਆ ਜੀ। ਹੁਣ ਜਿਹੜੇ ਉਹ ਗੁਰਮਤਿ ਪ੍ਰਚਾਰ ਵਾਲੇ ਜਿਹੜੇ ਸਬਜ਼ੀਆਂ ਚਾਹ ਵਾਲੇ ਆ, ਉਹਨਾਂ ਨੂੰ ਅਸੀਂ ਉਹਨਾਂ ਦੇ ਪੈਰੋਕਾਰਾਂ ਨੂੰ ਅਸੀਂ ਭੇਡਾਂ ਆਨੇ ਆ। ਪਰ ਤੁਸੀਂ ਮੰਨਦੇ ਵੀ ਕਿਸੇ ਉਹ ਵੀ ਚਲੋ ਆਪਣੇ ਆਪ ਨੂੰ ਸਿੱਖ ਮੰਨਦੇ ਆ, ਉਹਨਾਂ ਵਾਸਤੇ ਭੇਡਾਂ ਸ਼ਬਦ ਵਰਤਣਾ ਅੰਮ੍ਰਿਤਧਾਰੀ ਗੁਰਸਿੱਖਾਂ ਵਾਸਤੇ ਕਿ ਸ਼ੋਭਨੀਕ ਸ਼ਬਦ ਹੈਗਾ ਜੀ? ਵੇਖੋ ਜੀ, ਸ਼ੋਭਨੀਕ ਦੀ ਗੱਲ ਨਹੀਂ ਹੈਗੀ ਜਦੋਂ ਤੁਹਾਡੀ ਮਾਨਸਿਕਤਾ ਅੜ ਜਾਂਦੀ ਆ ਨਾ ਕਿਤੇ। ਹਾਂਜੀ, ਜਦੋਂ ਤੁਹਾਡੀ ਮਾਨਸਿਕਤਾ ਅੜ ਜਾਂਦੀ ਆ, ਜਦੋਂ ਤੁਸੀਂ ਖੁਦ ਦਾੜੀ ਰੱਖੀ ਆ, ਤੁਸੀਂ ਦਾੜੀ ਰੱਖ ਕੇ ਤੁਸੀਂ ਇੰਨੀ ਗੱਲ ਕਹਿ ਰਹੇ ਹੋ ਕਿ ਦਾੜੀ ਮੁੱਛਾਂ ਨਾਲ ਸਾਡਾ ਮੂੰਹ ਗੰਦਾ ਲਿਬੜਦਾ, ਸਾਡੀ ਲੁੱਕ ਦੇ ਵਿੱਚ ਸਾਡੀ ਮਤਲਬ ਜਿਹੜੀ ਫੇਸ ਵਾ ਉਹਦੇ ਤੇ ਮਤਲਬ ਵੀ ਕੋਈ ਓਦਾਂ ਦਾ ਰੋਹਬ ਨਹੀਂ ਰਹਿ ਜਾਂਦਾ, ਇਹ ਰੱਖਣ ਦਾ ਫਾਇਦਾ ਕੋਈ ਨੀ। ਬਾਣਾ ਮਤਲਬ ਵੀ ਬਾਣੀ ਜਿਹੜੀ ਆ, ਬਾਣੇ ਦਾ ਮਤਲਬ ਵੀ ਕੋਈ ਹੈ ਨੀਗਾ, ਇਹ ਕੰਸੈਪਟ ਜਿਹੜਾ ਅੰਦਰ ਦਾ ਵਾ ਬਾਣੇ ਦਾ ਨਹੀਂ ਹੈਗਾ। ਤੇ ਏਦਾਂ ਦੀਆਂ ਗੱਲਾਂ ਨੂੰ ਜਦੋਂ ਲੋਕ ਜਿਹੜੇ ਲੋਕ ਮੰਨਣ ਡਹਿ ਪੈਂਦੇ ਆ ਤੇ ਫਿਰ ਉਹ ਸਿੱਖ ਨੀ ਰਹਿ ਜਾਂਦੇ, ਉਹ ਭੇਡਾਂ ਹੀ ਹੋ ਜਾਂਦੇ ਆ। ਕਿਉਂਕਿ ਜਿਹੜਾ ਤੁਹਾਨੂੰ ਇੱਕ ਗੁਰੂ ਸਾਹਿਬ ਨੇ ਸਰੂਪ ਬਖਸ਼ਿਆ, ਗੁਰੂ ਸਾਹਿਬ ਨੇ ਸਰੂਪ ਜਿਹੜਾ ਤੁਹਾਨੂੰ ਕਿਉਂ ਬਖਸ਼ਿਆ ਸੀ, ਤੁਹਾਨੂੰ ਇਸ ਗੱਲ ਦਾ ਹੀ ਨਹੀਂ ਪਤਾ ਵੀ ਤੁਹਾਡੀ ਦਾੜੀ ਮੁੱਛ ਪੱਗ ਬਾਣਾ ਜਿਹੜਾ ਸੀ ਇਹ ਕਿਸ ਕਰਕੇ ਦਿੱਤਾ। ਤੇ ਤੁਸੀਂ ਗੱਲ ਕਰਨ ਡੇ ਜਦੋਂ ਤੁਸੀਂ ਉੱਤੇ ਉਹਦੇ ਬਾਰੇ ਬਾਣੇ ਦੇ ਉੱਤੇ ਹੀ ਤੁਸੀਂ ਮਤਲਬ ਵੀ ਡਏ ਹੋ ਕਿੰਤੂ ਕਰਨ, ਇੱਕ ਆਪਣੇ ਸਰੂਪ ਦੇ ਉੱਤੇ ਕਿੰਤੂ ਕਰਨ ਡੇ, ਫਿਰ ਤੁਸੀਂ ਮਤਲਬ ਸਿੱਖ ਤੇ ਹੋ ਨਹੀਂ ਸਕਦੇ, ਫਿਰ ਤੇ ਤੁਸੀਂ ਭੇਡਾਂ ਹੀ ਹੋ ਵੀ ਜੋ ਉਹਨੇ ਕਹਿਤਾ। ਜਿਹੜਾ ਬੰਦਾ ਦਾੜੇ ਕੇਸ ਦੇ ਉੱਤੇ ਕੁਐਸਚਨ ਕਰਦਾ ਉਹ ਸਿੱਖ ਨਹੀਂ ਆ। ਵੇਖੋ ਜੀ, ਜੇ ਤੇ ਆਪਣੇ ਇੱਕ ਮਿੰਟ ਮੇਰੀ ਗੱਲ ਸੁਣੋ, ਕੀ ਮਤਲਬ ਵੀ ਜੇ ਆਪਣੇ ਪਿਓ ਦੇ ਉੱਤੇ ਕਟਾਕਸ਼ ਕਰਾਂਗੇ ਤੇ ਫਿਰ ਉਹ ਸਾਡਾ ਪਿਓ ਨਹੀਂ ਹੋ ਸਕਦਾ ਜੀ? ਵੇਖੋ ਜੀ, ਸਿੱਖ ਨਹੀਂ ਹੋ ਸਕਦਾ, ਮੈਂ ਇਹ ਗੱਲ ਆਨਾ। ਹੁਣ ਵੇਖੋ ਇਹਦੇ ਵਿੱਚ ਕੀ ਕਿੰਨੇ ਸਬੂਤ ਦਿੱਤੇ ਮੈਂ, ਕਹਿੰਦੇ ਸਬੂਤ ਨਹੀਂ ਦਿੱਤੇ, ਮੈਂ ਸਬੂਤ ਦਿੱਤੇ, ਕਾਫੀ ਸਬੂਤ ਦਿੱਤੇ। ਗੋਲਡੀ ਹੋਣਾ ਨੇ ਤੇ ਇੱਕ ਪੈਸੇ ਦਾ ਹਿਸਾਬ ਕਿਤਾਬ ਨਹੀਂ ਦਿੱਤਾ, ਮੈਂ ਤਾਂ ਫਿਰ ਐਨ ਜੀ ਓ ਦੇ ਡਾਟੇ ਦਿੱਤੇ ਨੇ ਇਹਨਾਂ ਦੇ ਵੀ ਇੱਥੇ ਐਨ ਜੀ ਓ ਖੁੱਲ੍ਹਾ ਉਹਦੇ ਘਰ ਦੇ ਪੂਰੇ ਗੱਲ ਕਰ ਰਹੇ ਸੀ ਵੀ ਐਨ ਜੀ ਓ ਦਾ ਲਾਅ ਬਾਰੇ ਕੋਈ ਗੱਲ ਕਰਦੇ ਸੀ, ਉਹ ਕਨਸੈਪਟ ਥੋੜਾ ਬਾਹਰ ਚਲਾ ਗਿਆ, ਉਹ ਦੱਸੋਗੇ ਵੀ ਜਿਹੜਾ ਐਨ ਜੀ ਓ ਦਾ ਲਾਅ ਕੀ ਹੈ? ਤੇ ਮੈਂ ਇਹ ਵੀ ਸੁਣ ਰਹੇ ਸੀ ਤੁਹਾਡੀ ਇੰਟਰਵਿਊ ਦੇ ਦੌਰਾਨ, ਤੁਸੀਂ ਜਦੋਂ ਇੱਕ ਕੁਐਸਚਨ ਕਰਦੇ ਹੋ ਗੋਲਡੀ ਨੂੰ, ਤੁਸੀਂ ਪੁੱਛਦੇ ਵੀ ਤੁਹਾਡੀ ਐਨ ਜੀ ਓ ਅਜੇ ਤੱਕ ਰਜਿਸਟਰ ਕਿਉਂ ਨਹੀਂ, ਤੇ ਉਹ ਆਪ ਕਹਿੰਦੇ ਮੈਂ ਅਜੇ ਤੱਕ ਰਜਿਸਟਰ ਨਹੀਂ ਕਰਾਈ। ਕੀ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕੋਈ ਲਾਅ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਬਿਨਾਂ ਕਿਸੇ ਰਜਿਸਟ੍ਰੇਸ਼ਨ ਤੋਂ ਚੈਰਿਟੀ ਬਣਾ ਕੇ ਪੈਸੇ ਇਕੱਠੇ ਕਰ ਲਓ? ਨਹੀਂ ਜੀ। ਵੇਖੋ ਜੀ, ਕੋਈ ਤੁਹਾਡੀ ਐਨ ਜੀ ਓ ਰਜਿਸਟਰਡ ਵੀ ਆ ਜੀ, ਤਾਂ ਵੀ ਤੁਸੀਂ ਉਹਨੂੰ ਸਰਕਾਰੀ ਬੰਦਾ ਰਨ ਨਹੀਂ ਕਰ ਸਕਦਾ, ਸਰਕਾਰੀ ਨੌਕਰੀ ਕਰਨ ਵਾਲਾ ਬੰਦਾ ਉਹਨੂੰ ਰਨ ਨਹੀਂ ਕਰ ਸਕਦਾ। ਦੂਜੀ ਗੱਲ ਇਹ ਆ ਵੀ ਜੇ ਤੁਹਾਡੀ ਐਨ ਜੀ ਓ ਰਜਿਸਟਰਡ ਵੀ ਆ ਤੇ ਉਹਦੇ ਵਿੱਚ ਤੁਸੀਂ ਜਿਹੜੀ ਬਾਹਰੋਂ ਫੰਡਿੰਗ ਨਹੀਂ ਲੈ ਸਕਦੇ ਜੀ। ਉਹਦੇ ਵਿੱਚ 3 ਸਾਲ ਤੱਕ ਤੁਹਾਨੂੰ ਜਿਹੜਾ ਕੰਮ ਵਾ ਉਹ ਮਤਲਬ ਵੀ ਜਿਹੜਾ ਕੰਮ ਵਾ ਉਹ ਤੁਸੀਂ ਤੁਹਾਨੂੰ ਇੱਕ ਵਾਰੀ ਆਪਣੇ ਪਿੰਡ ਜਾਂ ਕਸਬੇ ਲਈ ਸਿਰਫ ਕਰਨਾ ਪਊਗਾ ਜੀ। 3 ਸਾਲ ਬਾਅਦ ਤੁਹਾਨੂੰ ਇੱਕ ਕੋਡ ਇਸ਼ੂ ਹੁੰਦਾ ਵਾ ਜਿਹਨੂੰ FCRA ਕਹਿੰਦੇ ਆ, ਉਹ ਕੋਡ ਇਸ਼ੂ ਜਿੱਦਾਂ ਹੋਣ ਤੋਂ ਬਾਅਦ ਤੁਸੀਂ ਬਾਹਰੋਂ ਫੰਡਿੰਗ ਕਰ ਸਕਦੇ ਹੋ ਵਿਦਆਊਟ ਟੈਕਸ ਜੀ। ਉਹ ਤੋਂ ਪਹਿਲਾਂ ਜੇ ਤੁਸੀਂ ਕੋਈ ਪੈਸਾ ਲੈਂਦੇ ਹੋ ਜਾਂ ਤੁਹਾਨੂੰ ਕੋਈ ਆਉਂਦਾ ਵਾ ਪੈਸਾ ਆਉਂਦਾ ਵਾ ਤਾਂ ਉਹਦਾ ਤੁਹਾਨੂੰ GST ਬਕਾਇਦਾ ਟੈਕਸ, ਇਨਕਮ ਟੈਕਸ ਸਾਰਾ ਕੁਝ ਉਹ ਤੁਹਾਨੂੰ ਦੇਣਾ ਪਵੇਗਾ। ਜੇ ਤੁਸੀਂ ਨਹੀਂ ਦਿੰਦੇ ਤਾਂ ਤੁਸੀਂ ਫਰੌਡ 420 ਦੇ ਕੇਸ ਬਣਦਾ ਵਾ ਤੁਹਾਡੇ ਤੇ ਜੀ। ਗੋਲਡੀ ਨੇ ਹੁਣ ਇੰਨੀ ਗੱਲ ਕਹੀ ਵੀ ਮੈਨੂੰ ਮੇਰੇ ਕਮਿਸ਼ਨਰ ਨੇ ਕਿਹਾ ਵਾ, ਮੈਨੂੰ ਹੁਣ ਉਹ ਕਮਿਸ਼ਨਰ ਬਾਰੇ ਨਹੀਂ ਪਤਾ ਵੀ ਉਹ ਕਮਿਸ਼ਨਰ ਦੀ ਕੀ ਮੰਸ਼ਾ ਵਾ ਇਹਨੂੰ ਸ਼ਾਬਾਸ਼ੀ ਦੇਣ ਦੀ ਵੀ ਤੂੰ ਕੰਮ ਕਰ, ਜਾਂ ਕਮਿਸ਼ਨਰ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਕਾਨੂੰਨ ਦੇ ਉਲਟ ਵਾ ਜਾਂ ਫਿਰ ਕੋਈ ਮਤਲਬ ਵੀ ਇਹ ਜਿਹੜਾ ਵਾ ਇਹ ਥੋੜਾ ਜਿਹਾ ਮਤਲਬ ਵੀ ਉੱਪਰ ਲੈਵਲ ਦਾ ਮਾਮਲਾ। ਤੁਹਾਨੂੰ ਲੱਗਦਾ ਨੀ ਵੀ ਕਿ ਜੇ ਕੋਈ ਇੱਥੋਂ $5,000-$7,000 ਵੀ ਭੇਜਦੇ ਉਸ ਦੀ ਵੀ ਚੈਕਿੰਗ ਹੁੰਦੀ ਹੈ, ਸਰਕਾਰ ਕਰਦੀ ਹੈ,
ਪਰ ਇਹ ਲੱਖਾਂ ਡਾਲਰ ਉੱਥੇ ਚਲੇ ਗਏ ਤੇ ਉਹਨਾਂ ਦੀ ਕੋਈ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜਾਂ ਉਹਦੀ ਕੋਈ ਇਨਕੁਆਇਰੀ ਨਹੀਂ ਹੋਈ ਕਿ ਲੱਗਦਾ ਵੀ ਸਰਕਾਰ ਵੀ ਵਿੱਚ ਇਹਨਾਂ ਦੇ ਇਨਵੋਲਵ ਹੈਗੀ ਆ। ਵੇਖੋ ਜੀ, ਪਹਿਲੀ ਗੱਲ ਤੇ ਜਿਹੜੀ ਗੱਲ ਮੈਂ ਗੋਲਡੀ ਦੇ ਮੂੰਹੋਂ ਪਿਛਲੇ ਬੰਦੇ 6 ਦਿਨ ਤੋਂ ਸੁਣਨੀ ਚਾਹ ਰਿਹਾ ਸੀ ਕਿ ਪੈਸੇ ਅਸੀਂ ਨਕਦ ਲੈਂਦੇ ਹਾਂ ਜੀ, ਉਹ ਗੱਲ ਗੋਲਡੀ ਨੇ ਆਪਣੇ ਤਰੀਕੇ ਨਾਲ ਆਪ ਹੀ ਕਹਿ ਦਿੱਤੀ ਹੈ ਕਿ ਅਸੀਂ ਪੈਸੇ ਨਕਦ ਲੈਂਦੇ ਹਾਂ। ਹੁਣ ਨਕਦ ਪੈਸੇ ਦਾ ਹਿਸਾਬ ਕਿਤਾਬ ਕੌਣ ਦੇਵੇਗਾ? ਕੋਈ ਹੈ ਮਾਂ ਪਿਓ ਨਗਦ ਪੈਸੇ ਦਾ? ਉਹਦਾ ਹਿਸਾਬ ਤਾਂ ਫਿਰ ਕਿੰਨਾ ਆਇਆ, ਕਿੱਥੇ ਗਿਆ, ਕਿੰਨਾ ਲਾਇਆ? ਹੁਣ ਗੋਲਡੀ ਨੇ ਕਹਿੰਦਾ ਵੀ ਮੈਂ 25 ਮਕਾਨ ਸ਼ੁਰੂ ਕੀਤੇ, 25 ਮਕਾਨ ਉਹਦੇ ਪਰਿਵਾਰ ਦੇ ਮੈਂਬਰਾਂ ਦੇ ਖਾਤੇ ਦੇ ਵਿੱਚ 14 ਲੱਖ ਰੁਪਈਆ ਵਾ। 25 ਮਕਾਨ 14 ਲੱਖ ਰੁਪਈਏ ਨਾਲ ਤੇ ਬਣ ਨਹੀਂ ਜਾਣੇ, ਨਹੀਂ ਬਣਦੇ ਜੀ। ਬਾਕੀ ਦੂਜੀ ਗੱਲ ਉਹ ਕਹਿੰਦਾ ਵਾ ਵੀ ਮੈਨੂੰ ਬਾਹਰੋਂ ਫੰਡਿੰਗ ਹੋਰ ਆਉਣੀ ਆ। ਜੋ 25 ਮਕਾਨਾਂ ਦੀ ਫੰਡਿੰਗ ਤੈਨੂੰ ਆਈ ਨੀ, ਤੂੰ ਮਕਾਨ ਕਿਹੜੇ ਆਧਾਰ ਤੇ 25 ਦੇ 25 ਸ਼ੁਰੂ ਕਰ ਸਕਦਾ? ਤੂੰ 10 ਵੀ ਸ਼ੁਰੂ ਕਰ ਸਕਦਾ ਸੀ, ਕਿਉਂਕਿ ਤੇਰੇ ਕੋਲ 14 ਲੱਖ ਰੁਪਈਆ ਵਾ। ਤੂੰ 25 ਮਕਾਨ ਮਤਲਬ ਵੀ ਸ਼ੁਰੂ ਕਰ ਦਿੱਤੇ, ਜੇ ਤੈਨੂੰ 14 ਲੱਖ ਤੋਂ ਵਾਧਾ ਤੇਰੇ ਘਰ ਦੇ, ਤੇਰੇ ਪਿਓ ਦੇ, ਤੇਰੇ ਭਰਾ ਦੇ ਜਾਂ ਤੇਰੇ ਨਾਂ ਤੇ 18 ਲੱਖ ਰੁਪਈਆ, 18 ਲੱਖ ਤੋਂ ਵਾਧਾ ਜੇ ਤੈਨੂੰ ਮਤਲਬ ਵੀ ਕੋਈ ਫੰਡਿੰਗ ਨਾ ਹੋ ਰਹੀ, 25 ਦੇ 25 ਤਿਆਰ ਨਾ ਹੋਏ, ਫਿਰ ਕੀ ਕਰੇਗਾ ਤੂੰ? ਜੇ 10 ਬਣਾਏਗਾ, 10 ਤੇ ਤੂੰ ਤਿਆਰ ਕਰ ਸਕਦਾ। ਇੱਕ ਕਮਰਾ ਦੇਣਾ ਪਾ ਕੇ ਤੂੰ, ਇੱਕ ਰਸੋਈ ਪਾ ਕੇ ਦੇਣੀ ਆ, 10 ਤੇ ਤੂੰ ਤਿਆਰ ਕਰ ਦੇਗਾ। 10 ਜੇ ਹੁਣ 25 ਸ਼ੁਰੂ ਕਰ ਦਿੱਤੇ, ਜੇ 25 ਦੇ ਵਿੱਚ 18 ਲੱਖ ਨਾ ਸਰਿਆ ਤੇ 25 ਦੇ 25 ਖੜ ਜਾਣੇ ਜੀ, ਫਿਰ ਤੂੰ ਕੀ ਕਰੇਗਾ? ਦੂਜੀ ਗੱਲ ਇਹ ਕਹਿੰਦਾ ਵੀ ਮੇਰੇ ਰਿਸ਼ਤੇਦਾਰ ਆ ਉੱਥੇ। ਮੈਂ ਕਿਹਾ ਵੀ ਤੂੰ ਮੈਨੂੰ ਇੱਕ ਹੀ ਪਰਚੀ ਦਿਖਾ ਜਿਹੜੀ ਤੇਰੇ ਰਿਸ਼ਤੇਦਾਰਾਂ ਪੈਸੇ ਪਾਏ ਹੋਣ। ਮੈਂ ਆਪਣੇ ਰਿਸ਼ਤੇਦਾਰਾਂ ਨੂੰ, ਮੈਂ ਬਾਹਰ ਭਾਵੇਂ 5 ਲੱਖ ਦੀ ਮਦਦ ਕਰ ਦਿੱਤੀ ਹੋਵੇ, ਮੈਂ ਆਪਣੇ ਰਿਸ਼ਤੇਦਾਰਾਂ ਨੂੰ $5 ਨਹੀਂ ਪਾਏ ਜੀ। ਇਹ ਸਾਡੀ ਤੁਸੀਂ ਮਤਲਬ ਕਮੀਨਗੀ ਲਾ ਲਓ ਜਾਂ ਸਾਡਾ ਲਾਹਨਤਪੁਣਾ ਲਾ ਲਓ, ਇਹ ਪੱਕੀ ਗੱਲ ਆ ਵੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ $5 ਨਹੀਂ ਪਾਏ ਤੇ ਮੈਂ ਬਾਹਰ ਭਾਵੇਂ ਮੇਰੇ ਹਿਸਾਬ ਨਾਲ 3-4 ਲੱਖ ਪਾ ਦਿੱਤਾ ਹੋਵੇ। ਬਸ ਇਹੋ ਗੱਲ ਵਾ ਜਿਹੜੀ ਕਿ ਲੋਕ ਜਿਹੜੇ ਆ। ਦੂਜੀ ਗੱਲ ਇਹ ਆ ਵੀ ਗੋਲਡੀ ਹੋਣੀ ਕਹਿੰਦੀ ਆ ਵੀ ਤੁਸੀਂ ਬੰਦੇ ਲਿਆਓ, ਬੰਦੇ ਲਿਆਓ। ਪਹਿਲੀ ਗੱਲ ਆ ਗੋਲਡੀ, ਇੰਨੀ ਗੱਲ ਤਾਂ ਮੈਂ ਕੀ ਕਰਦਾ, ਸਾਨੂੰ ਸਭ ਕੁਝ ਦੇਣੇ ਪੈਂਦੇ। ਮੈਂ ਪਹਿਲੀਆਂ ਇੰਟਰਵਿਊ ਦੇ ਵਿੱਚ ਕਹਿ ਚੁੱਕਾ ਕਿ ਗੋਲਡੀ ਹੋਣੀ ਕਹਿੰਦੇ ਨੇ ਕਿ ਮਤਲਬ ਵੀ ਪਰਚੇ ਜਿਹੜੇ ਆ ਅਸੀਂ ਕਰ ਸਕਦੇ ਸਭ ਕੁਝ। ਹੁਣ ਵੇਖੋ ਜਿੱਦਾਂ ਜੱਗੀ ਜੌਹਲ ਫਸਿਆ, ਜੱਗੀ ਜੌਹਲ ਨੇ ਇੰਗਲੈਂਡ ਦੇ ਵਿੱਚੋਂ ਹਾਲੈਂਡ ਦੇ ਵਿੱਚ ਪੇਮੈਂਟ ਕੀਤੀ ਜੀ, ਇੰਡੀਆ ਨਹੀਂ ਕੀਤੀ ਜੀ। ਉਹ ਅੱਜ ਵੀ ਵੇਖ ਲਓ ਫਿਰ ਵੀ ਉਹ ਬੰਦਾ ਬਰੀ ਹੋ ਕੇ ਵੀ ਅੰਦਰ ਹੀ ਆ। ਹੁਣ ਇੱਕ ਬੰਦੇ ਨੇ ਇੰਡੀਆ ਪੇਮੈਂਟ ਕੀਤੀ, ਉਹਦਾ ਸਬੂਤ ਵੀ ਉਹਨਾਂ ਦੇ ਕੋਲ ਆ ਜੀ। ਕੱਲ ਨੂੰ ਉਹ ਬੰਦਾ ਇੰਡੀਆ ਜਾਂਦਾ, ਸਾਹਮਣੇ ਆਉਂਦਾ, ਉਹ ਇੰਡੀਆ ਜਾਂਦਾ, ਉਹ ਫਸ ਜਾਂਦਾ, ਸਾਰੀ ਉਮਰ ਜੇਲ੍ਹ ਧੱਕੇ ਖਾਂਦਾ। ਇਹ ਡਰ ਪੈ ਗਿਆ NRI-ਆਂ ਦੇ ਵਿੱਚ, ਉਹ ਸਾਹਮਣੇ ਆਉਣ ਤੋਂ ਡਰਨ ਡਏ ਆ ਹੁਣ ਵੀ ਅਸੀਂ ਸਾਹਮਣੇ ਆਏ, ਪੁਲਿਸ ਮਹਿਕਮਾ ਵਾ, ਇਹ ਕੁਝ ਵੀ ਕਰ ਸਕਦਾ ਵਾ। ਇਹ ਲੋਕਾਂ ਦੇ ਉੱਤੇ ਇਹਨਾਂ ਨੇ ਹੁਣ ਮੰਤਰੀ ਬਾਜੇ ਖਾਨੇ ਵਾਲੇ ਨੂੰ, ਇਹਨਾਂ ਨੇ ਬਾਜੇ ਕੇ ਵਾਲੇ ਨੂੰ ਧਮਕੀ ਦਿੱਤੀ। ਹੁਣ ਗੋਲਡੀ ਨੇ ਫਿਰ ਕੱਲ੍ਹ ਧਮਕੀ ਦਿੱਤੀ ਕਿ ਮੈਂ ਤੇਰੇ ਤੇ ਪਰਚੇ ਕਰਨੇ, ਮੈਂ ਤੇਰੇ ਕੇਸ ਖੋਲਣੇ ਆ। ਇਹ ਇੱਕ ਲੋਕਾਂ ਨੂੰ ਚੁੱਪ ਬਦਮਾਸ਼ੀ ਨਾ ਕਿਉਂ ਕਰਾਉਣ ਡੇ, ਹਿਸਾਬ ਕਿਉਂ ਨਹੀਂ ਦੇਣ ਡੇ ਜੀ? ਪੁਨੀਤ ਸਾਹਮਣੇ ਨਹੀਂ ਆ ਰਿਹਾ, ਪੁਨੀਤ ਨੂੰ ਟਾਈਮ ਦਿੱਤਾ ਜਾ ਰਿਹਾ ਕਿ ਤੂੰ ਆਪਣੀ ਸੈਟਿੰਗ ਕਰ ਲਾ, ਨਹੀਂ ਤੇ 4-5 ਦਿਨ ਦੇ ਵਿੱਚ ਬੜੇ ਕਾਫੀ ਦਿਨ ਹੋ ਗਏ ਨੇ ਹੁਣ ਗੱਡੀਆਂ ਦੇ ਵਿੱਚ ਭੰਗੜੇ ਨਹੀਂ ਪੈਂਦੇ। ਜੇ ਇਹ ਸੱਚੇ ਹੁਣ, ਸੱਚੇ ਬੰਦੇ ਨੂੰ ਕੋਈ ਡਰ ਨਹੀਂ ਹੁੰਦਾ। ਮੈਂ ਬੋਲਣ ਡਿਆ, ਮੈਨੂੰ ਪਤਾ ਮੇਰਾ ਪਰਿਵਾਰ ਜਿਹੜਾ ਵਾ, ਸਾਰਾ ਮੇਰਾ ਦਾ ਪਰਿਵਾਰ ਦਾ ਤੇ ਲੱਗਾ, ਪਰ ਮੇਰਾ ਪਰਿਵਾਰ ਸੱਚਾ, ਮੇਰਾ ਪਰਿਵਾਰ ਕਹਿੰਦਾ ਵੀ ਤੂੰ ਠੀਕ ਸਟੈਪ ਚੁੱਕਿਆ ਵਾ। ਇੱਕ ਪਾਰਦਰਸ਼ਤਾ ਚਾਹੀਦੀ ਆ, ਜਿੱਥੇ ਇੱਕ 10 ਪਰਿਵਾਰਾਂ ਲਈ ਪੈਸਾ ਆਉਂਦਾ ਉਹ 10 ਦੇ ਵੱਲ ਹੀ ਵਰਤਿਆ ਜਾਣਾ ਚਾਹੀਦਾ, ਨਾ ਕਿ ਇੱਕ ਦੇ ਲਈ ਵਰਤ ਕੇ ਵੀਡੀਓ ਬਣਾ ਕੇ ਇੱਕ ਦੇ ਲਈ ਵਰਤ ਕੇ ਬਾਕੀ 9 ਦਾ ਖਾ ਜਾਣਾ ਚਾਹੀਦਾ। ਮੈਂ 10 ਪਰਿਵਾਰਾਂ ਦਾ ਪੈਸਾ ਇਕੱਠਾ ਹੋਇਆ 10 ਤੱਕ ਪਹੁੰਚਾਉਣਾ ਚਾਹੁੰਦਾ ਵਾਂ। ਮੈਂ ਉਹ ਪੈਸਾ ਸਿਰਫ ਇੱਕ ਤੱਕ ਸੀਮਤ ਨਹੀਂ ਰਹਿਣ ਦੇਣਾ ਚਾਹੁੰਦਾ ਵੀ ਇੱਕ ਨੂੰ ਸਾਰ ਕੇ ਬਾਕੀ ਜੇਬ ਚ ਪਾ ਲਓ, ਦੂਜੀ ਵੀਡੀਓ ਜਿਹੜੀ ਆ ਉਹ ਬਾਅਦ ਚ ਬਣਾ ਲਓ। ਸ਼ੁਭਕਰਨ ਜਿਹੜੀ ਸੇਵਾ ਸੁਸਾਇਟੀ ਆ ਉਹਦੇ ਵਿੱਚ ਉੱਥੇ ਇੱਕ ਬੀਬੀ ਲੁਧਿਆਣੇ ਦੀ, ਉਹ ਮਤਲਬ ਵੀ ਸਾਂਭਦੀ ਆ ਲਾਡੋਵਾਲੀ ਰੋਡ ਦੇ ਉੱਤੇ, ਬਜ਼ੁਰਗ ਬੀਬੀਆਂ ਜਿਹੜੀਆਂ ਬੇਸਹਾਰਾ ਉਹਨਾਂ ਨੂੰ ਸਾਂਭਦੀ ਆ ਜੀ। ਉਹਦੇ ਸੰਸਥਾ ਦੇ ਵਿੱਚ ਜਾ ਕੇ, ਉਹਦੀ ਸੁਸਾਇਟੀ ਦੇ ਵਿੱਚ ਜਾ ਕੇ ਵੀਡੀਓ ਬਣਾਈਆਂ ਜਾਂਦੀਆਂ ਜੀ, ਵੀਡੀਓ ਬਣਾ ਕੇ ਆਪਣੇ ਪੇਜਾਂ ਤੇ ਚਾੜੀਆਂ ਜਾਂਦੀਆਂ ਇਮੋਸ਼ਨਲ ਸੌਂਗ ਲਾ ਕੇ ਜੀ। ਬਾਅਦ ਦੇ ਵਿੱਚ ਉਹ ਵੀਡੀਓ ਤੋਂ ਆਉਣ ਵਾਲਾ ਪੈਸਾ ਕਿੱਥੇ ਜਾਂਦਾ, ਕਿਉਂਕਿ ਇਹਨਾਂ ਨੇ ਤੇ 1 ਰੁਪਈਆ ਵੀ ਨਹੀਂ ਉੱਥੇ ਦਿੱਤਾ ਜਾ ਕੇ ਵਾਪਸ। ਉਹ ਕੌਣ ਲੋਕ ਹੈ ਜਿਹੜੇ ਇਦਾਂ ਕਰਦੇ ਆ ਜੀ? ਸਮਾਜ ਸੇਵੀ ਨੇ, ਉਹੀ ਸਮਾਜ ਸੇਵੀ ਨੇ, ਹੋਰ ਕੌਣ ਨੇ ਜੀ? ਤੁਸੀਂ ਸਾਰੇ ਸਮਾਜ ਸੇਵੀਆਂ ਨੂੰ ਟਾਰਗੇਟ ਕਰਦੇ ਹੋ ਜਾਂ ਫਿਰ ਇਕੱਲੇ ਆ ਗੋਲਡੀ ਜਾਂ ਫਿਰ ਆਪਣਾ ਪੁਨੀਤ ਹੈ ਤੇ ਜਾਂ ਫਿਰ 1-2 ਜਿਹੜੇ ਹੋਰ ਹੈਗੇ ਆ? ਨਹੀਂ ਵੇਖੋ, ਮੈਂ ਤਾਂ ਕੁਆਤਰੇ ਬਾਰੇ ਵੀ ਗੱਲ ਕਰਦਾ। ਕੁਆਤਰਾ ਇਲਾਜ ਕਰਵਾਉਂਦਾ, ਕੁਆਤਰਾ ਕਈਆਂ ਬੰਦਿਆਂ ਨੂੰ ਕਹਿ ਦਿੰਦਾ ਮੈਂ 6 ਸਾਲ ਤੋਂ ਥੱਲੇ ਬੱਚਿਆਂ ਦਾ ਇਲਾਜ ਕਰਾਉਣਾ। ਹੁਣ ਜਿਹੜਾ ਕੋਈ 7 ਸਾਲ ਦਾ, 8 ਸਾਲ ਦਾ, 10 ਸਾਲ ਦਾ ਹੋਊਗਾ, 14 ਸਾਲ, 18 ਸਾਲ ਤੋਂ ਅੰਡਰ ਬੱਚੇ ਹੀ ਆ। ਹੁਣ ਜੇ ਕੋਈ 9 ਸਾਲ ਦਾ, 10 ਸਾਲ ਦਾ ਬੱਚਾ ਤੜਫਦਾ ਹੋਊਗਾ ਤੇ ਕੀ ਤੂੰ ਉਹਨੂੰ ਕਹੇਗਾ ਵੀ ਇਹ 6 ਸਾਲ ਦਾ ਨਹੀਂ, ਮੈਂ ਤਦ ਇਲਾਜ ਨਹੀਂ ਕਰਾਉਣਾ? ਸਾਡਾ ਕੋਈ ਗਰੀਬ ਜੱਟ ਭਰਾ ਜਾਵੇ ਕੁਆਤਰੇ ਕੋਲੋਂ
ਤੇ ਕਵਾਤਰਾ ਇੰਨੀ ਗੱਲ ਕਹੇ ਤੁਸੀਂ ਤੇ ਜੱਟ ਹੋ, ਮੈਂ ਤੁਹਾਡਾ ਇਲਾਜ ਨਹੀਂ ਕਰਾਉਣਾ। ਹੁਣ ਫਿਰ ਮੈਂ ਇੱਕ ਵਾਰੀ ਇੰਟਰਵਿਊ ਦੇ ਵਿੱਚ ਮੈਂ ਫਿਰ ਗੱਲ ਕਹਿਣੀ ਚਾਹੁੰਦਾ ਇੰਨੀ, ਸਭ ਤੋਂ ਵੱਧ ਰੱਸੇ ਕਿਹਨਾਂ ਦੇ ਗਲਾਂ ਚ ਪਾਏ? ਜੀ ਜੱਟਾਂ ਦੇ, ਪੰਜਾਬੀ ਸਾਡੇ ਸਿੱਖਾਂ ਦੇ ਪਏ, ਹਾਂਜੀ ਕਿਸਾਨਾਂ ਦੇ ਪਏ, ਹਾਂਜੀ ਕਿਸੇ ਦਿਹਾਤੀ ਨੇ, ਕਿਸੇ ਐਸ ਸੀ ਨੇ ਕਦੀ ਗਲ ਚ ਰੱਸਾ ਪਾ ਕੇ ਆਤਮ ਹੱਤਿਆ ਕੀਤੀ? ਸਾਨੂੰ ਇੱਕ ਸਿਰਫ ਸਾਡੇ ਤੇ ਜੱਟ ਦਾ ਥੱਪਾ ਲੱਗਾ। ਇਹ ਬੰਦੇ ਇੰਨੀ ਗੱਲ ਕਹਿੰਦੇ ਤੁਸੀਂ ਜੱਟ ਹੋ ਤੁਸੀਂ ਕਰ ਸਕਦੇ ਹੋ, ਹਾਲਾਂਕਿ ਸਾਡੀ ਹਾਲਤ ਐਸ ਸੀ ਦੇ ਨਾਲੋਂ ਵੀ ਮਾੜੀ ਹੋ ਚੁੱਕੀ ਆ ਜੀ। ਹੁਣ ਕਵਾਤਰੇ ਦਾ ਇਹ ਮਤਲਬ ਹੁੰਦਾ ਵੀ 6 ਸਾਲ ਦਾ ਬੱਚਾ, ਇਸ ਤੋਂ ਘੱਟ ਮਤਲਬ ਵੀ ਵੱਧ ਉਮਰ ਦੇ ਦਾ ਮੈਂ ਇਲਾਜ ਨਹੀਂ ਕਰਾਉਣਾ। ਕੀ 8 ਸਾਲ ਦਾ ਬੱਚਾ ਤੂੰ ਆਪਣੇ ਸਾਹਮਣੇ ਤੜਫਦਾ ਮਰਦਾ ਵੇਖ ਲੇਗਾ ਜੀ? ਤੂੰ ਅਸੀਂ ਉਹਦੀ ਗੱਲ ਇੱਕ ਮੈਂ ਗੱਲ ਉਹਦੀ ਮੰਨਦਾ ਵਾ ਕਿ ਉਸ ਬੰਦਾ ਉਹ ਬੰਦਾ ਆਪਣੇ ਹੱਥੀ ਪੈਸੇ ਬਹੁਤ ਘੱਟ ਫੜਦਾ, ਠੀਕ ਹੈ ਜੀ, ਲੋਕ ਆਉਂਦੇ ਨੇ ਪੈਸੇ ਦਿੰਦੇ ਨੇ, ਪਰ ਉਹਦੀ ਮੈਂ ਇੱਕ ਗੱਲ ਕਹਿੰਦਾ ਵੀ ਸਿਰਫ ਤੂੰ ਦੀਪ ਹਸਪਤਾਲ ਦੇ ਵਿੱਚੋਂ ਇਲਾਜ ਕਿਉਂ ਕਰਾਉਣਾ, ਹੋਰ ਕਿਤਿਓਂ ਕਿਉਂ ਨਹੀਂ ਕਰਾਉਂਦਾ? ਉੱਥੇ ਹੀ ਟੈਸਟ ਹੁੰਦੇ ਨੇ, ਉੱਥੇ ਹੀ ਇਲਾਜ ਹੁੰਦਾ, ਸਿਰਫ ਉੱਥੇ ਹੀ ਕਿਉਂ? ਹੋਰ ਬਹੁਤ ਹਸਪਤਾਲ ਸਸਤੇ ਹੈਗੇ, ਤੂੰ ਉੱਥੋਂ ਵੀ ਕਰਵਾ ਸਕਦਾ ਜੀ। ਲੋਕਾਂ ਦਾ ਪੈਸਾ ਤੁਸੀਂ ਸੇਵਾ ਲਈ ਵਰਤਣ ਡਏ ਹੋ, ਆਪਣੇ ਨਿੱਜੀ ਪ੍ਰਬੰਧਾਂ ਲਈ ਨਹੀਂ। ਉਸ ਪੈਸੇ ਨੂੰ ਤੁਸੀਂ ਸੇਵ ਕਰਨਾ, ਸੇਵਾ ਕਰਨੀ ਆ, ਨਾ ਕਿ ਉਸ ਪੈਸੇ ਨੇ ਉਹਨਾਂ ਦੇ ਖਰਚੇ ਵਧਾਉਣੇ ਨੇ। ਹੁਣ ਇੱਕ ਮਿੰਟ ਮੇਰੇ ਤੁਹਾਨੂੰ ਫਿਰ ਇੱਕ ਮੈਂ ਪਹਿਲੀ ਵੀ ਇੱਕ ਵਾਰੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ, ਜਦੋਂ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਹੋ, ਇੱਥੇ ਅਮਰੀਕਾ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂਦੇ ਹੋ, ਤੁਸੀਂ ਘਰ ਦਾ ਸੌਦਾ ਲਿਆਉਣਾ ਵਾ, ਤੁਸੀਂ ਕਿੰਨੇ ਜਣੇ ਜਾਂਦੇ ਹੋ ਘਰੋਂ? ਕਿੰਨੇ ਜਣੇ ਜਾਂਦੇ ਜਾਂਦੇ ਹੋ? 2000 ਦਾ ਜਾਂ 2000 ਦਾ 3000 ਦਾ ਸੌਦਾ ਚੁੱਕ ਲਿਆਉਂਦੇ ਹੋ ਨਾ ਜੀ? ਬਿਲਕੁਲ। ਇੱਕ ਪਰਿਵਾਰ ਦੀ ਵੀਡੀਓ ਬਣਾਉਣ ਵੇਲੇ 4 ਗੱਡੀਆਂ ਤੇ 9 ਬੰਦਿਆਂ ਦੀ ਕੀ ਲੋੜ ਆ ਸੌਦਾ ਦੇ ਕੇ, ਸੌਦਾ ਲੈ ਕੇ ਜਾਣ ਦੀ? ਤੇ ਫਿਰ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਵੀ ਕਿਸੇ ਗਰੀਬ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ, ਜਿਵੇਂ ਕੰਮ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੇਲੇ ਦੀ ਫੋਟੋ, ਇੱਕ ਕੇਲਾ ਦਿੰਦੇ ਹੋਏ ਫੋਟੋ ਖਿਚਾ ਕੇ ਉਸ ਦੀ ਗਰੀਬੀ ਦਾ ਮਜ਼ਾਕ ਉਡਾਇਆ ਜਾਂਦਾ ਹੋਵੇ? ਵੇਖੋ ਬਾਬਾ ਜੀ, ਮੈਂ ਤੁਹਾਨੂੰ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾ ਜੀ ਕਿ ਜਦੋਂ ਜਿਹੜੀ ਗੱਲ ਵਾ ਨਾ, ਮਤਲਬ ਵੀ ਜਿਹੜਾ ਕੰਮ ਇੱਕ ਬੰਦਾ ਕਰ ਸਕਦਾ ਵਾ, ਬਿਲਕੁਲ ਤੁਹਾਡੀ ਗੱਲ ਚ ਦਮ ਹੈ ਜੀ, ਇੱਕ ਮੋਟਰਸਾਈਕਲ ਤੇ ਹੋ ਸਕਦਾ ਜਾਂ ਇੱਕ ਗੱਡੀ ਚ ਹੋ ਸਕਦਾ ਜੀ। ਮੰਨ ਲਓ ਇੱਕ ਗੱਡੀ ਦੇ ਵਿੱਚ 3 ਬੰਦਿਆਂ ਰਾਹੀਂ ਵੀ ਹੋ ਸਕਦਾ ਜੀ, ਠੀਕ ਹੈ ਜੀ। ਤੇ ਉਹਦੇ ਵਿੱਚ ਏਦਾਂ ਗੱਲ ਆ ਵੀ ਜਦੋਂ ਤੁਸੀਂ ਇੱਕ ਬੰਦਾ ਜਾਂ 2 ਬੰਦੇ ਉਹ ਕੰਮ ਕਰ ਸਕਦੇ ਇੱਕ ਗੱਡੀ ਦੇ ਵਿੱਚ, ਬਿਲਕੁਲ, ਤੁਸੀਂ ਪਹਿਲਾਂ ਇੱਕ ਗਲੀ ਦੇ ਵਿੱਚ ਗੱਡੀਆਂ ਆਣ ਕੇ ਰੋਕਦੇ ਹੋ ਜੀ, ਗੱਡੀ ਦੇ ਵਿੱਚ ਆਣ ਕੇ ਗੱਡੀਆਂ ਰੋਕਦੇ ਹੋ, ਗਲੀ ਦੇ ਵਿੱਚ ਆਣ ਕੇ ਆਪਣੀਆਂ ਗੱਡੀਆਂ ਰੋਕ ਕੇ ਉੱਥੇ ਤੁਸੀਂ ਕੈਮਰਾਮੈਨ ਉਤਾਰਦੇ ਹੋ, ਕੈਮਰਾਮੈਨ ਬਕਾਇਦਾ ਫਿਲਮਿੰਗ ਸ਼ੁਰੂ ਕਰਦਾ, ਮੁੜ ਕੇ ਤੁਸੀਂ ਫਿਰ ਗੱਡੀਆਂ ਤੋਰਦੇ ਹੋ, ਗੱਡੀਆਂ ਤੇ ਤੁਸੀਂ ਆਉਂਦੇ ਹੋ, 10 ਜਣੇ ਉਤਰਦੇ ਹੋ, ਇੱਕ ਨੇ ਇੱਕ ਲਿਫਾਫਾ ਫੜਿਆ, ਇੱਕ ਨੇ ਇੱਕ ਲਿਫਾਫਾ ਫੜਿਆ, ਇੱਕ ਨੇ ਇੱਕ ਲਿਫਾਫਾ ਫੜਿਆ, ਤੁਸੀਂ ਪਾਰਟੀ ਤੇ ਆਏ ਹੋ ਜਾਂ ਤੁਸੀਂ ਵਿਆਹ ਆਏ ਹੋ, ਇੱਕ ਗਰੀਬ ਦੀ ਤੁਸੀਂ ਵੀਡੀਓ ਬਣਾਈ ਆ, ਉਹ ਵੀਡੀਓ ਬਣਾ ਕੇ ਤੁਸੀਂ ਗਰੀਬ ਉਹਨੂੰ ਦੱਸਿਆ ਵੀ ਇਹ ਗਰੀਬ ਉਹ ਪਰਿਵਾਰ, ਇਹਨਾਂ ਨੂੰ ਅਸੀਂ ਸੌਦਾ ਦੇਣ ਚੱਲੇ ਆ ਜਾਂ ਚੱਲੇ ਕਿੱਦਾਂ ਵੀ ਆ, ਤੁਸੀਂ ਇਹ ਤੇ ਦੱਸੋ ਗਰੀਬ ਦੀ ਵੀਡੀਓ ਵੇਖ ਕੇ ਤੁਹਾਨੂੰ ਪੈਸਾ ਆਇਆ ਕਿੰਨਾ ਵਾ? ਬਿਲਕੁਲ, ਤੁਸੀਂ 2.5 ਜਾਂ 3 ਜਾਂ 5 ਹੱਦ 6000 ਦਾ ਸੌਦਾ ਲੈ ਕੇ ਚੱਲੇ ਹੋ, 4 ਤੁਸੀਂ ਗੱਡੀਆਂ ਵਾ, 9 ਤੁਸੀਂ ਜਾਣੇ ਹੋ, 54 ਗੱਡੀਆਂ ਦਾ ਤੁਹਾਡਾ, ਅੱਜ ਕੱਲ 500 ਦਾ ਤੇਲ ਤੇ ਵੱਟਦਾ ਹੀ ਪਿਆ ਜੀ, ਹੈਵੀ ਇੰਜਣ ਨੇ, ਹੈਵੀ ਮੋਟਰਾਂ ਨੇ ਜਿਹੜੀਆਂ, 12-13 ਮੀਲ ਦੀ ਐਵਰੇਜ, 12-13 ਕਿਲੋਮੀਟਰ ਦੀ ਐਵਰੇਜ ਆ, ਤੁਸੀਂ 5 ਲੀਟਰ ਇੱਕ ਬੰਦਾ ਤੇਲ ਫੂਕਣ ਡਿਆ, 54 ਗੱਡੀਆਂ 'ਚ ਤੁਸੀਂ 2000 ਦਾ ਤੇਲ ਫੂਕਦਾ, ਨਾਲ ਤੁਸੀਂ 9 ਬੰਦੇ, ਜੇ 9 ਬੰਦੇ ਜਿਹੜੇ ਆ ਤੁਸੀਂ ਕੋਈ 2-2.5 ਹਜ਼ਾਰ ਦਾ ਖਾਂਦੇ ਵੀ ਹੋ ਗਏ, ਜੇ ਤੁਸੀਂ ਇਹੋ ਹੀ ਕੰਮ ਇੱਕ ਗੱਡੀ 'ਚ ਕਰੋ ਤੁਹਾਡਾ 400 ਦਾ ਤੇਲ ਬਚ ਗਿਆ, 500 ਦਾ ਤੁਹਾਡਾ ਤੇਲ ਬਚ ਗਿਆ, ਜੇ ਤੁਸੀਂ 5 ਬੰਦੇ 4 ਬੰਦੇ ਜਿਹੜੇ 9 ਬੰਦੇ, ਜੇ 9 ਬੰਦਿਆਂ ਦੀ ਜਗ੍ਹਾ ਦੇ ਉੱਤੇ ਤੁਸੀਂ 2 ਜਣੇ ਆਉਂਦੇ ਜੋ, ਉਹਨਾਂ 7 ਬੰਦਿਆਂ ਦਾ ਖਰਚਾ ਬਚ ਗਿਆ, ਉਸ ਪਰਿਵਾਰ ਨੂੰ 4000 ਰੁਪਏ ਦੀ ਹੋਰ ਮਦਦ ਹੋ ਸਕਦੀ ਆ ਜੀ। ਇਹ ਮਤਲਬ ਕਰਨੀ ਤੇ ਸੇਵਾ ਵਾ, ਭਗਤ ਪੂਰਨ ਸਿੰਘ ਜੀ ਨੇ ਪਾਟੇ ਕੱਪੜਿਆਂ ਨਾਲ ਸਾਰੀ ਉਮਰ ਸੇਵਾ ਕਰ ਛੱਡੀ। ਤੁਹਾਨੂੰ ਸ਼ਾਇਦ ਪਤਾ ਹੋਵੇ ਅੱਜ 5 ਤਾਰੀਖ ਹੈ, ਅੱਜ ਉਹਨਾਂ ਦੀ ਭਗਤ ਪੂਰਨ ਸਿੰਘ ਦੀ ਬਰਸੀ ਵੀ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇ। ਨਹੀਂ ਮੈਨੂੰ ਨੀ ਖਾਲਸਾ ਜੀ ਪਤਾ, ਮੈਂ ਐਵੇਂ ਕੋਈ ਮਤਲਬ ਪਰ ਭਗਤ ਪੂਰਨ ਸਿੰਘ ਦੇ ਜਿਹੜੇ ਕੀਤੇ ਗਏ ਕੰਮ ਨੇ ਤੁਸੀਂ ਉਹਨਾਂ ਨੂੰ ਮੰਨਦੇ ਹੋ, ਉਹਨਾਂ ਨੂੰ ਸਲਿਊਟ ਕਰਦੇ ਹੋ? ਹਾਂਜੀ ਸਲਿਊਟ, ਵੇਖੋ ਜੀ ਸਲਿਊਟ ਅਸੀਂ ਆਪੇ ਕਰਦੇ, ਜਿਨ੍ਹਾਂ ਨੇ ਆਪਣੇ ਕੱਪੜਾ ਨੀ ਵੇਖਿਆ ਕਦੀ, ਮਤਲਬ ਵੀ ਉੱਥੇ ਮਰੀਜ਼ਾਂ ਦੀਆਂ ਟੋਇਲਟ ਬਾਥਰੂਮ ਜਿਹੜੇ ਉਹ ਖੁਦ ਕੱਪੜੇ ਉਹਨਾਂ ਦੇ ਖੁਦ ਧੋਂਦੇ ਰਹੇ ਆ, ਪਰ ਅੱਜ ਦੇ ਜਿਹੜੇ ਸਮਾਜ ਸੇਵੀ ਆ ਉਹ 2000 ਦਾ ਜਾਂ 2.5 ਹਜ਼ਾਰ ਦਾ ਰਾਸ਼ਨ ਲੈ ਕੇ ਜਾਂ ਇੱਕ ਪੱਖਾ ਲੈ ਕੇ ਜਾਂ ਇੱਕ ਪ੍ਰੈਸ ਲੈ ਕੇ ਜਾਂ ਕੁਝ ਇਦਾਂ ਦਾ ਸਮਾਨ, 3-4 ਹਜ਼ਾਰ ਦਾ ਸਮਾਨ ਲੈ ਕੇ 4 ਗੱਡੀਆਂ 'ਚ ਜਾਣ ਡੇ 9 ਬੰਦੇ,
ਉਤਰ ਕੇ ਫਿਰ ਬਕਾਇਦਾ ਉਹਨਾਂ ਦੀ ਸ਼ੂਟਿੰਗ ਹੋਣ ਡਈ ਆ, ਮੂਵੀ ਬਣ ਡਈ ਆ, ਉੱਤੇ ਭੰਗੜੇ ਪੈਣ ਡਏ ਆ, ਪਿੱਛੇ ਸੈਡ ਸੌਂਗ ਲੱਗੇ ਆ। ਇਹਨੂੰ ਮਤਲਬ ਵੀ ਜਿਹੜਾ ਇੱਕ ਸਿਸਟਮ ਆ, ਇਹਨੂੰ ਸਿਸਟਮ ਨੂੰ ਕਿਹੜੇ ਬੰਨੇ, ਇੱਕ ਸਮਾਜ ਸੇਵਾ ਦੇ ਸਿਸਟਮ ਨੂੰ ਇਹਨਾਂ ਨੇ ਮਤਲਬ ਵੀ ਇੱਕ ਯਾਨੀ ਕਿ ਲਾਈਕ ਫੈਸ਼ਨ ਮਤਲਬ ਸਿਸਟਮ ਦੇ ਵਿੱਚ ਲੈ ਗਏ। ਤੁਸੀਂ ਮੰਨਦੇ ਹੋ ਵੀ ਇਹ ਸੇਵਾ ਨਾ ਰਹਿ ਕੇ ਧੰਦਾ ਬਣ ਗਿਆ? ਐਬਸੋਲੂਟਲੀ ਧੰਦਾ ਤੇ ਬੜੇ ਚਿਰ ਦਾ ਬਣ ਚੁੱਕਾ ਵਾ, ਸਾਡੀ ਸਮਝ ਚ ਹੁਣ ਆਇਆ ਵਾ। ਇੱਕ ਮਿੰਟ ਮੈਂ ਤੁਹਾਨੂੰ ਗੱਲ ਦੱਸਦਾ ਵੀ ਮੈਂ ਇੱਕ ਗੱਲ, ਗੋਲਡੀ ਪੁਨੀਤ ਇਕੱਲੇ ਨੀ ਹੈਗੇ ਜੀ। ਅੱਜ ਤੋਂ 6 ਸਾਲ ਪਹਿਲਾਂ ਮਨਦੀਪ ਕੌਰ ਟਾਂਗਰਾ ਨੇ ਜਦੋਂ ਬੂਟ ਪਵਾਉਣੇ ਲੋਕਾਂ ਨੂੰ ਸ਼ੁਰੂ ਕੀਤੇ ਆ ਜੀ, ਉਹਦੇ ਬਾਰੇ ਮੇਰੇ ਸਬੂਤ ਸਾਰੇ ਮੇਰੇ ਪੇਜ ਦੇ ਉੱਤੇ ਪਏ ਆ। ਬੂਟ ਪਵਾਉਣੇ ਸ਼ੁਰੂ ਕੀਤੇ, ਉਹ ਕੁੜੀ ਨੂੰ ਅਸੀਂ ਉਦੋਂ ਤੋਂ ਜਾਣਦੇ ਜਦੋਂ ਉਹ ਕੁੜੀ ਹਾਈਪਰ ਸਿਟੀ ਦੇ ਵਿੱਚ 10,000 ਰੁਪਏ ਦੀ ਨੌਕਰੀ ਕਰ ਰਹੀ ਆ ਜੀ, ਪਿਓ ਉਹਦੇ ਦੀ ਚੱਕੀ ਆ ਜੀ। ਫਿਰ ਉਹ ਕੁੜੀ ਇੱਕ ਦਿਨ ਕਿਤੇ ਕਿਸੇ ਗਰੀਬ ਨੂੰ ਬੂਟ ਪਵਾ ਕੇ ਤੇ ਆਪਣੀ ਫੇਸਬੁੱਕ ਆਈਡੀ ਦੇ ਉੱਤੇ ਬੂਟ ਪਵਾ ਕੇ ਤੇ ਵੀਡੀਓ ਲੋਡ ਕਰ ਦਿੰਦੀ ਆ ਜਾਂ ਫੋਟੋਆਂ ਲੋਡ ਕਰ ਦਿੰਦੀ ਆ ਜੀ, ਨਾਲ ਨੰਬਰ ਦੇ ਦਿੰਦੀ ਆ ਆਪਣਾ। ਉਹ ਤੋਂ ਬਾਅਦ ਉਹ ਥੋੜਾ ਹੌਲੀ ਹੌਲੀ ਪੰਜਾਂ ਨੂੰ ਪਵਾਉਂਦੀ ਆ, 10 ਨੂੰ ਪਵਾਉਂਦੀ ਆ, ਪੈਸਾ ਆਉਣਾ ਸ਼ੁਰੂ ਹੋ ਜਾਂਦਾ, ਪੇਜ ਸਪੋਂਸਰ ਹੋ ਜਾਂਦਾ, ਪੇਜ ਦੇ ਉੱਤੇ ਬੂਸਟ ਲੱਗ ਜਾਂਦੇ ਨੇ ਜੀ, ਠੀਕ ਆ ਜੀ। ਪੇਜਾਂ ਦੇ ਉੱਤੇ ਬੂਸਟ ਲੱਗ ਕੇ ਗੱਲ ਹੌਲੀ ਹੌਲੀ ਦੂਰ ਚੱਲ ਜਾਂਦੀ ਆ। ਅੱਜ ਉਹ ਕੁੜੀ ਉਹਨਾਂ ਉਸ ਇੱਕ 2 ਜੋੜਿਆਂ ਦੀ ਸੇਵਾ ਤੋਂ ਇੰਟਰਨੈਟ ਸੂਝ ਕੰਪਨੀ ਦੀ ਮਾਲਕ ਆ ਜੀ। ਜਿਹੜੀ ਕੁੜੀ ਮਤਲਬ ਵੀ ਇੱਕ ਫੋਨ ਤੁਹਾਡੇ ਕੋਲ, ਤੁਸੀਂ ਉਹ ਬੀਬੀ ਦਾ ਨਾਮ ਲੈ ਕੇ ਜਿਹੜੇ ਸ਼ੂਜ਼ ਦੇ ਰਾਹੀਂ ਸੇਵਾ ਕਰਦੀ ਹੈ ਵੀ ਉਹ ਕਹਿੰਦੇ ਉਹਨਾਂ ਕੋਲ ਆਪਣਾ ਬ੍ਰਾਂਡ ਸਟੋਰ ਹੈਗਾ, ਤੁਹਾਡੇ ਕੋਲ ਕੋਈ ਸਬੂਤ ਹੈਗਾ ਇਸ ਗੱਲ ਦਾ? ਵੇਖੋ ਜੀ, ਇੱਕ ਤੇ ਗੱਲ ਆ ਵੀ ਮੈਂ ਤੁਹਾਨੂੰ ਇੰਨੀ ਗੱਲ ਦੱਸ ਦੇਣੀ ਚਾਹੁੰਦਾ ਵੀ ਉਹ 50,000 ਬੂਟ ਤੋਂ ਥੱਲੇ ਖਰੀਦਦੀ ਨੀ ਜੀ, ਆਪਣੀ ਕੰਪਨੀ ਰਾਹੀਂ ਬੂਟ ਖਰੀਦਦੀ ਆ ਜੀ, ਤੇ ਆਪਣੀ ਹੀ ਕੰਪਨੀ ਚੋਂ ਮਤਲਬ ਵੀ ਲੈਂਦੀ ਆ। ਉਹਦਾ ਉਹ ਹਿਸਾਬ ਕਿਤਾਬ ਦੀ ਕੀ ਦਿੰਦੀ ਆ, ਉਹਦਾ ਹਿਸਾਬ ਕਿਤਾਬ ਉਹ ਦਿੰਦੀ ਆ ਉੱਪਲ ਤਰਨ ਤਾਰਨ 110 ਪੇਅਰ 38,500 ਦੇ ਜੀ, ਕਰੀਬ 350 ਰੁਪਏ ਦਾ ਜੋੜਾ ਜੀ। ਪਰ ਉਹ ਬੂਟ ਦਾ 50,000 ਪੇਅਰ ਜਦੋਂ ਆਪਾਂ ਲੈਂਦੇ ਹਾਂ ਉਹ 120 ਤੋਂ 170 ਰੁਪਏ ਉਹਦੀ ਮੈਕਸੀਮਮ ਪ੍ਰਾਈਜ਼ ਆ ਜੀ। ਪੈਸਾ ਇਹ ਡੋਨੇਸ਼ਨ ਦਾ ਵਾ ਜੀ, ਠੀਕ ਆ ਜੀ, ਪੈਸਾ ਇਹ ਹੈਗਾ ਡੋਨੇਸ਼ਨ ਦਾ। ਉਹ ਡੋਨੇਸ਼ਨ ਦੇ ਵਿੱਚੋਂ ਉਹ 170 ਡੋਨੇਸ਼ਨ ਦੀ ਲਾ ਕੇ 180 ਆਪ ਕਮਾ ਗਈ, ਡੋਨੇਸ਼ਨ ਦੇ ਵਿੱਚੋਂ 350 ਆਪਣੇ ਖਾਤੇ ਚ ਪਾ ਲਿਆ ਜੀ। ਹੁਣ ਵੇਖੋ ਜੀ, ਪੱਕਾ ਕਲਾ ਬਠਿੰਡਾ ਜੀ, 94 ਪੇਅਰ ਜੀ, 32,900 ਦੇ ਡਾਟਾ ਕਿੱਥੋਂ ਕੱਢਦੇ ਤੁਸੀਂ? ਡਾਟੇ ਦੇ ਵੇਖੋ ਜੀ, ਇਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਆ ਜੀ। ਪਿਛਲੇ ਕਰੀਬ 72 ਘੰਟਿਆਂ ਦੇ ਵਿੱਚ ਮੈਂ ਕਰੀਬ 8 ਜਾਂ 9 ਘੰਟੇ ਸੁੱਤਾ ਵਾਂ ਜੀ। ਇਹ ਡਾਟੇ ਸਾਰੇ ਏਦਾਂ ਨਹੀਂ ਕੱਢਣੇ, ਪਰ ਡਾਟੇ ਲਈ ਮਿਹਨਤ ਕਰਨੀ ਪੈਂਦੀ, ਸਾਡੀ ਇੱਕ ਟੀਮ ਆ। ਮੈਂ ਤਾਂ ਲੋਕੀ ਦੇ ਸੋਚਦੇ ਆ ਵੀ ਬਘੇਲ ਸਿੰਘ ਜੀ ਇਹ ਵਨ ਮੈਨ ਆਰਮੀ, ਇਟ ਮੀਨਸ ਤੁਹਾਡੀ ਵੀ ਕੋਈ ਆਪਣੀ ਸੰਸਥਾ ਹੈਗੀ ਆ? ਨਹੀਂ ਨਹੀਂ, ਬਘੇਲ ਸਿੰਘ ਵਨ ਮੈਨ ਆਰਮੀ ਨਹੀਂ ਹੈਗਾ। ਇਹ ਲੋਕ ਆਪਣੇ ਦਿਲ ਦੇ ਵਿੱਚੋਂ ਖਿਆਲ ਕੱਢ ਦੇਣ ਕਿ ਬਘੇਲ ਸਿੰਘ ਵਨ ਮੈਨ ਆਰਮੀ। ਮੈਂ ਜੇ 7 ਲੱਖ ਰੁਪਈਏ ਦਾ ਗੋਲਡੀ ਹੋਣ ਵਾਲੀ, ਪੁਨੀਤ ਹੋਣ ਵਾਲੀ ਇਨਾਮ ਰੱਖਿਆ ਸੀ, ਉੱਥੇ ਕੁਝ ਬੀਬੀਆਂ ਨੇ ਚੂੜੀਆਂ ਰੱਖੀਆਂ ਸੀ ਵੀ ਸਾਡੀ ਚੂੜੀ ਵੀ ਦੇ ਦਿਓ ਪੁਨੀਤ ਹੋਣਾ ਨੂੰ ਜੇ ਸਹੀ ਸਿੱਧ ਹੁੰਦੇ ਆ। ਤੇ ਮੈਨੂੰ ਬਕਾਇਦਾ ਮੈਸੇਜ ਆਏ ਆ ਵੀ ਭਰਾ ਜੀ, ਜੇ ਤੁਸੀਂ ਭਾਜੀ ਜੇ ਤੁਹਾਨੂੰ 7 ਲੱਖ ਦੇਣਾ ਪੈਂਦਾ ਨਾ ਤਾਂ ਮੈਂ ਚੂੜੀ ਦੇ ਦਾਂਗੀ, ਇੱਕ ਦਿਸ਼ਾ ਦੇ ਦੇਣ ਵੀ 10 ਦੇਣ ਸਾਨੂੰ ਵੀ ਅਸੀਂ ਸਹੀ ਆ। ਬਘੇਲ ਸਿੰਘ ਵਨ ਆਰਮੀ ਕਦੀ ਨਾ ਸੀ, ਨਾ ਬਘੇਲ ਸਿੰਘ ਵਨ ਆਰਮੀ ਹੈ, ਨਾ ਬਘੇਲ ਸਿੰਘ ਵਨ ਆਰਮੀ ਰਹੇਗਾ। ਬਘੇਲ ਸਿੰਘ ਦੇ ਨਾਲ ਇੰਜਣ ਮਹਿਕਮਾ ਖੜਾ, ਬਘੇਲ ਸਿੰਘ ਦੇ ਨਾਲ ਬਘੇਲ ਸਿੰਘ ਦੇ ਭਤੀਜੇ ਖੜੇ, ਬਘੇਲ ਸਿੰਘ ਦੇ ਨਾਲ ਬਘੇਲ ਸਿੰਘ ਦੇ ਦੋਸਤ ਖੜੇ, ਬਘੇਲ ਸਿੰਘ ਦੇ ਨਾਲ ਬਘੇਲ ਸਿੰਘ ਦੇ ਭਰਾ ਖੜੇ। ਬਘੇਲ ਸਿੰਘ ਇੱਕ ਮਿੱਟੀ ਆ, ਇਹਨਾਂ ਸਾਰਿਆਂ ਤੋਂ ਬਿਨਾਂ ਸਾਡਾ ਇੱਕ ਸਰਕਲ ਆ, ਸਾਡਾ ਤਗੜਾ ਸਰਕਲ ਆ ਜੀ, ਕੋਈ ਏਡੀ ਗੱਲ ਨਹੀਂ ਆਏਗੀ। ਅਸੀਂ ਸਿਰਫ ਲੋਕੀ ਸਾਨੂੰ ਡਰਾਈਵਰ ਸਮਝ ਕੇ ਅਕਸਰ ਇਹ ਸੋਚ ਲੈਂਦੇ ਆ, ਭੁਲੇਖਾ ਖਾ ਜਾਂਦੇ ਵੀ ਇਹਨਾਂ ਬੰਦਿਆਂ ਸਾਡਾ ਕੀ ਕਰਨਾ ਜੀ। ਅਸੀਂ ਕੱਲੀ ਕੱਲੀ ਬੰਦੇ ਦਾ ਹਿਸਾਬ ਕਿਤਾਬ, ਰਣਜੀਤ ਸਿੰਘ ਦੀਆਂ ਕੱਲੀਆਂ ਕੱਲੀਆਂ ਗੱਡੀਆਂ ਕਿਹਦੇ ਕਿਹਦੇ ਬੰਦੇ ਦੇ ਨਾਂ ਹੀ, ਉਹਦੇ ਨਾਂ ਕਿੰਨੀ ਜ਼ਮੀਨ ਬੋਲਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੀ ਨਾ ਜ਼ਮੀਨ ਦੀ, ਸਾਰੇ ਡਾਟੇ ਸੰਗਤ ਦੇ ਸਾਹਮਣੇ ਰੱਖੇ ਆ ਜੀ। ਅੱਜ ਤੱਕ ਕਿਸੇ ਵੀ ਬੰਦੇ ਨੇ ਚੈਲੰਜ ਕੀਤਾ ਵਾ, ਗੁਰੂ ਸਾਹਿਬ ਨੇ ਇੰਨਾ ਕੁ ਮਤਲਬ ਵੀ ਸਾਡੀ ਇੱਜ਼ਤ ਰੱਖੀ ਆ ਕਿ ਸਾਨੂੰ ਅੱਜ ਤੱਕ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਕਿਤੇ। ਇਹ ਕਰੀਬ ਸਮਾਈਲ ਕੇਅਰ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਮਾਈਲ ਕੇਅਰ ਦੇ ਕਰੀਬ ਸਾਡੇ ਕੋਲ ਜ਼ਿਆਦਾ ਨਹੀਂ ਤੇ 40-45 ਪਿੰਡਾਂ ਦਾ ਡਾਟਾ ਵਾ ਜੀ, ਠੀਕ ਆ ਜੀ। ਉਹਦੇ ਵਿੱਚ ਸਾਨੂੰ
ਕੰਪਨੀ ਦੇ ਮਾਲਕ ਵੱਲੋਂ ਕਿੰਨੇ ਦਾ ਸ਼ੂਜ਼ ਆਉਂਦਾ ਵਾ ਤੇ ਕਿੰਨੀ ਬੀਬੀ ਨੇ ਜੰਤ ਮਤਲਬ ਵੀ ਪਾਈ ਆ, ਉਹ ਸਾਰੀ ਡਿਟੇਲ ਅਸੀਂ ਕਢਵਾਈ ਆ ਜੀ। ਠੀਕ ਆ ਜੀ, ਅਸੀਂ ਮਤਲਬ ਵੀ ਇਹ ਗੱਲ ਨਹੀਂ ਹੈਗੀ ਵੀ ਕੋਈ ਕੱਚਾ ਸਿੱਟਾ ਕਰਦੇ ਹਾਂ, ਸਾਰੀਆਂ ਕੰਪਨੀਆਂ ਦੇ ਵਿੱਚੋਂ ਮਤਲਬ ਵੀ ਇਹਨਾਂ ਸ਼ੂਜ਼ਾਂ ਦੇ ਰੇਟ ਪਤਾ ਕਰਕੇ ਅਸੀਂ ਸਾਰਾ ਕੁਝ ਕਰਕੇ ਫਿਰ ਜਿਹੜਾ ਡਾਟਾ ਆਪਣਾ ਗਾੜੀ ਲੋਕਾਂ ਦੇ ਅੱਗੇ ਰੱਖੀਦਾ ਵੀ ਵੇਖੋ ਤੁਸੀਂ ਸੋਚੋ ਕਿੱਦਾਂ ਪੈਸਾ ਤੁਹਾਡਾ, ਤੁਹਾਡੇ ਪਿੰਡ ਦੇ ਵਿੱਚ ਵੀ ਪੰਜ ਬੱਚੇ ਬੂਟਾਂ ਤੋਂ ਬਗੈਰ ਫਿਰਦੇ ਹੋਣਗੇ, ਤੁਸੀਂ ਇਹ ਬੀਬੀ ਨੂੰ ਵਿਚੋਲੇ ਕਿਉਂ ਬਣਾਉਣ ਡਏ ਹੋ, ਤੁਹਾਡੇ ਪਿੰਡ ਦੇ ਬੱਚਿਆਂ ਨੂੰ ਪੰਜਾਂ ਨੂੰ ਜੋੜੇ ਪਵਾ ਦਿਓ। ਇੱਕ ਕਮੇਟੀ ਬਣਦੀ ਆ ਪਿੰਡ ਦੀ ਜੀ, ਗੁਰਦੁਆਰੇ ਦੀ 20 ਬੰਦਿਆਂ ਦੀ, ਉਹਦੇ ਵਿੱਚ ਵੀ ਕਪੜਾ ਹੋ ਜਾਂਦਾ ਜੀ। ਹਾਲਾਂਕਿ ਸਾਰੇ ਪਿੰਡ ਨੂੰ ਪਤਾ ਹੁੰਦਾ ਪੈਸਾ ਕਿੰਨਾ, ਉਹਦੇ ਵਿੱਚ ਵੀ ਕਪੜਾ ਹੋ ਜਾਂਦਾ ਜੀ। ਫਿਰ ਗੋਲਡੀ ਹੋਣੀ ਤੇ ਸਾਰੀ ਦੁਨੀਆ ਕੋਲ ਪੈਸਾ ਇਕੱਠਾ ਕਰਨ ਡਏ ਆ। ਮੰਨ ਲਿਆ ਵੀ ਜਿਵੇਂ ਲੋਕੀ ਕਹਿੰਦੇ ਆ ਤੁਸੀਂ ਦੋਸ਼ ਲਾਉਂਦੇ ਹੋ, ਫਿਰ ਤੁਸੀਂ ਇਹਦੇ ਲਈ ਕੋਈ ਕਾਨੂੰਨ ਦੀ ਹੈਲਪ ਲੈਣ ਦੀ ਸੋਚੀ, ਕਾਨੂੰਨੀ ਨੁਕਤਾ ਅਪਣਾਉਣ ਦੀ ਕੋਈ ਸੋਚਿਆ ਵੀ ਇਹਨਾਂ ਨੂੰ ਕਾਨੂੰਨ ਦੇ ਰਾਹੀਂ ਘੇਰਿਆ ਜਾਵੇ? ਵੇਖੋ ਜੀ, ਕਾਨੂੰਨ ਦੇ ਰਾਹੀਂ ਘੇਰਨ ਦੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ। 25,000 ਰੁਪਈਏ ਦੇ ਵਿੱਚ ਵਕੀਲ ਖੜ ਕੇ ਅਸੀਂ ਗੋਲਡੀ ਨੂੰ ਕਟਹਿਰੇ ਦੇ ਵਿੱਚ ਤੇ ਪਨੀਤ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ ਚਾ ਕਰ ਸਕਦੇ ਹਾਂ ਜੀ, ਪਰ ਅਸੀਂ ਇਹਨੂੰ ਇਹਨਾਂ ਨਾਲ ਕੋਈ ਸਾਡੀ ਨਿੱਜੀ ਰੰਜਿਸ਼ ਨਹੀਂ ਹੈਗੀ। ਮੈਂ ਕੱਲ ਵੀ ਆਪਣੀ ਵੀਡੀਓ ਦੇ ਵਿੱਚ ਆਖਿਆ ਸੀ ਗੋਲਡੀ ਮਾਫੀ ਮੰਗ ਲਓ ਜੀ, ਸੰਗਤ ਦੇ ਅੱਗੇ ਹੱਥ ਜੋੜ ਦਿਓ, ਬਖਸ਼ਣਹਾਰ ਆ ਸਾਡਾ ਗੁਰੂ ਤੇ ਸਾਡੇ ਗੁਰੂ ਨੇ ਇੰਨੀ ਗੱਲ ਕਹੀ ਆ ਵੀ ਜਿਹੜਾ ਬੰਦਾ ਸ਼ਰਨ ਚ ਆ ਜਾਂਦਾ ਵਾ ਉਹਨੂੰ ਬੰਦੇ ਨੂੰ ਮਤਲਬ ਵੀ ਬਖਸ਼ ਦੇਣਾ ਚਾਹੀਦਾ। ਗੁਰੂ ਸਾਹਿਬ ਦੀ ਸ਼ਰਨ ਚ ਜਾਣ, ਉੱਥੇ ਮਾਫੀ ਮੰਗ ਲੈਣ, ਦਰਬਾਰ ਸਾਹਿਬ ਜਾ ਕੇ ਇੱਕ ਵਾਰੀ ਅਰਦਾਸਾ ਸੋਧ ਕੇ ਮਾਫੀ ਮੰਗ ਲੈਣ ਵੀ ਸੱਚੇ ਪਾਤਸ਼ਾਹ ਸਾਡੇ ਕੋਈ ਗਲਤੀ ਹੋ ਗਈ, ਅੱਗੇ ਤੋਂ ਅਸੀਂ ਏਦਾਂ ਦੀ ਗਲਤੀ ਨਹੀਂ ਕਰਦੇ। ਦੈਟਸ ਇਟ, ਇਹ ਤੋਂ ਵੱਧ ਅਸੀਂ ਕੁਝ ਨਹੀਂ ਚਾਹੁੰਦੇ ਜੀ। ਜੇ ਅਸੀਂ ਕਾਨੂੰਨੀ ਤੌਰ ਦੇ ਉੱਤੇ ਧੂਣਾ ਚਾਹੁੰਦੇ ਤੇ ਅਸੀਂ ਕੈਨੇਡਾ ਦੇ ਵਿੱਚ $1,000-1,200 ਲਾ ਕੇ ਜੇ ਅਸੀਂ 5-7 ਲੱਖ ਰੁਪਈਆ ਇਹਨਾਂ ਦੇ ਉੱਤੇ ਨਾਮ ਰੱਖ ਸਕਦੇ, ਤੁਸੀਂ ਕੀ ਸੋਚਦੇ ਹੋ ਅਸੀਂ 50,000 ਵਕੀਲਾਂ ਤੇ ਨਹੀਂ ਲਾ ਸਕਦੇ ਜੀ? ਇਹਨਾਂ ਦੇ ਨਾਲ ਸਾਡੀ ਨਿੱਜੀ ਰੰਜਿਸ਼ ਕੋਈ ਨਹੀਂ, ਗੱਲ ਸਿਰਫ ਗਰੀਬਾਂ ਤੱਕ ਉਹਨਾਂ ਸਾਰੇ ਪਰਿਵਾਰਾਂ ਦਾ ਪੂਰਾ ਪੈਸਾ ਬਣਦਾ ਪੈਸਾ ਨਾ ਪਹੁੰਚਣ ਦੀ ਆ। ਗੱਲ ਸਿਰਫ ਮੇਰੇ ਭਰਾਵਾਂ ਦੇ ਸੁੱਜੇ ਪੈਰਾਂ ਦੀ 18-18 ਘੰਟੇ ਲਾ ਕੇ ਹੱਕ ਹਲਾਲ ਦੀ ਕਮਾਈ ਦੀ ਆ। ਹੁਣ ਮੈਂ ਤੁਹਾਨੂੰ ਕਮਾਈ ਦੀ ਗੱਲ ਕਰ ਦਿਖਾਉਣਾ, ਕਮਾਈ ਕਿੱਦਾਂ ਹੁੰਦੀ ਆ। ਇਹਨਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਅਸੀਂ ਪੈਸਾ ਕਿੱਦਾਂ ਬਣਾਉਂਦੇ ਹਾਂ। ਮੈਂ ਤੁਹਾਨੂੰ ਸਾਰੀ ਗੱਲਬਾਤ ਇੱਕ ਆਪਣੀ ਵੀਡੀਓ ਦੇ ਵਿੱਚ ਦਿਖਾਉਣਾ, ਉਹ ਵੀਡੀਓ ਵੇਖ ਕੇ ਮੇਰੇ ਭਰਾ ਜਿਹੜੇ ਨੇ ਨਾ ਉਹ ਵੇਖਣ, ਅਸੀਂ ਤੇ ਹਮੇਸ਼ਾ ਹੀ, ਸਾਨੂੰ ਮੌਤ ਤੋਂ ਡਰ ਕਿਉਂ ਨਹੀਂ ਆਉਂਦਾ, ਅਸੀਂ ਤੇ ਰਹਿੰਦੇ ਮੌਤ ਦੇ ਮੂੰਹ ਚ। ਮੈਂ ਵੀਡੀਓ ਵਿਖਾਲਣੀ ਚਾਹੁੰਦਾ, ਮੈਂ ਆਪਣੇ ਨੈਟ ਦੇ ਉੱਤੇ ਮੈਂ ਪਾ ਨਹੀਂ ਸਕਦਾ, ਮੇਰਾ ਦਿਲ ਨਹੀਂ ਕਰਦਾ ਏਦਾਂ ਦੀ ਵੀਡੀਓ ਪਾਉਣ ਨੂੰ। ਇਹਨੂੰ ਤੁਸੀਂ ਮੇਰੇ ਪੇਜ ਦੇ ਉੱਤੇ ਆਪਣੇ ਤੇ ਵੇਖ ਸਕਦੇ ਹੋ, ਫਿਰ ਦੱਸਿਓ ਵੀ ਕੀ ਸਾਡਾ ਪੈਸਾ ਏਦਾਂ ਕਮਾ ਕੇ ਤੇ ਅਸੀਂ ਇਹਨਾਂ ਨੂੰ ਸਵਾਲ ਨਹੀਂ ਕਰ ਸਕਦੇ। ਵੀਡੀਓ ਵੇਖਿਓ ਹੁਣ ਤੁਸੀਂ ਜੀ। ਹਾਂਜੀ ਸਰਦਾਰ ਭਗੇਤ ਸਿੰਘ ਜੀ, ਇਹ ਆਪਾਂ ਵੀਡੀਓ ਇਹ ਦੇਖ ਲਈ ਹੈਗੀ ਆ ਤੇ ਕੁਐਸਚਨ ਫਿਰ ਇੱਕ ਬਣਦਾ ਲਾਸਟ ਵਿੱਚ ਜੇ ਤੁਹਾਨੂੰ ਕੁਐਸਚਨ ਕੀਤਾ ਜਾਵੇ। ਨੈਚੁਰਲੀ ਤੁਸੀਂ ਵੀ ਮੰਨਦੇ ਹੋ ਵੀ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਫੰਡਿੰਗ ਰੁਕੇਗੀ, ਕੀ ਤੁਹਾਡੇ ਕੋਲ ਕੋਈ ਸਾਰਥਿਕ ਪਲਾਨ ਹੈ ਵੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਸਹਾਇਤਾ ਹੋ ਸਕੇ? ਹਾਂਜੀ ਵੇਖੋ, ਉਹ ਪਲਾਨ ਆਏਗਾ, ਅਜੇ ਰੁਕੋ, ਮੈਨੂੰ ਇਹਨਾਂ ਨਾਲ ਵੱਲ ਵੇਖਣ ਦਿਓ। ਪਲਾਨ ਮੇਰੇ ਕੋਲ ਹੈਗਾ, ਸਭ ਕੁਝ ਹੈਗਾ। ਮੈਨੂੰ ਲੱਗਦਾ ਵੀ ਉਹ ਪਲਾਨ ਜਿਹੜਾ ਵਾ ਉਹ ਸਾਰਿਆਂ ਲਈ ਕੰਮ ਕਰੇਗਾ, ਹਰੇਕ ਕੰਟਰੀ ਲਈ ਕੰਮ ਕਰੇਗਾ, ਹਰੇਕ ਕੰਟਰੀ ਦੀ ਸਟੇਟ ਲਈ ਕੰਮ ਕਰੇਗਾ, ਹਰੇਕ NRI ਲਈ ਕੰਮ ਕਰੇਗਾ। ਜ਼ਿਆਦਾ ਬੰਦਿਆਂ ਦੀ ਲੋੜ ਹੀ ਨਹੀਂ ਪਏਗੀ ਉੱਥੇ, 4 ਗੱਡੀਆਂ ਦੀ ਲੋੜ ਨਹੀਂ ਪਏਗੀ ਉੱਥੇ, ਸਿਰਫ ਇੰਡੀਆ ਦੇ ਵਿੱਚ ਇੱਕ ਬੰਦੇ ਇੱਕ ਮੋਟਰਸਾਈਕਲ ਦੀ ਲੋੜ ਹੋਏਗੀ, ਇਸ ਤੋਂ ਵੱਧ ਬੰਦੇ ਦੀ ਲੋੜ ਨਹੀਂ ਪਏਗੀ। ਜਿਹੜਾ ਬੰਦਾ ਪੈਸਾ ਭੇਜੂਗਾ ਬਕਾਇਦਾ ਉਸ ਬੰਦੇ ਨੂੰ ਪਤਾ ਹੋਊਗਾ ਮੈਂ ਇੰਨੇ ਭੇਜੇ, ਇਸ ਤੋਂ ਵੱਧ ਪੈਸੇ ਨਹੀਂ ਭੇਜੇ, ਖਾ ਕੀ ਜਾਊਗਾ ਕੋਈ। ਜਿਹੜਾ ਬੰਦਾ ਇੰਡੀਆ ਕੰਮ ਕਰੂਗਾ ਉਹਨੂੰ ਉਹਦੀ ਦਿਹਾੜੀ ਦਿੱਤੀ ਜਾਊਗੀ। 1,00,000 ਦੇ ਵਿੱਚੋਂ ਜੇ 5,000 ਰੁਪਇਆ ਅਸੀਂ ਉਹਨੂੰ ਬੰਦੇ ਨੂੰ ਦਿੱਤੇ ਵੀ ਆ ਤੇ ਸਾਡਾ 95,000 ਕੰਮ ਆਉਂਦਾ, ਨਾ ਕਿ ਸਾਡਾ 1,00,000 ਭੇਜਿਆ 70,000 ਮਤਲਬ ਵੀ ਖਾਧਾ ਜਾਂਦਾ ਤੇ 30,000 ਲੱਗਦਾ। ਦੂਜੀ ਗੱਲ, ਮੈਂ ਤੁਹਾਨੂੰ ਜਿਹੜੀ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜਿਹੜੇ ਗੋਲਡੀ ਹੋਣੀ ਕਹਿੰਦੇ ਵੀ ਸਬੂਤ ਦਿਓ ਕਿਹੜਾ ਹਿਸਾਬ ਮੰਗਦਾ, ਲਓ ਜੀ ਗੋਲਡੀ ਜੀ ਇੱਕ ਸਬੂਤ ਦੇਣ ਲੱਗਾ ਤੁਹਾਨੂੰ ਮੈਂ, ਤੇ ਅਗਲੇ ਇਹ ਸਬੂਤ ਮੈਂ ਆਪਣੀ ID ਤੇ ਪਾਊਂਗਾ, ਅਗਲੇ ਹੋਰ 10 ਸਬੂਤਾਂ ਲਈ ਤਿਆਰ ਰਹੋ। ਸਿਰਫ ਇਹ ਇੱਕ ਗਰੁੱਪ ਨੇ ਸਬੂਤ ਭੇਜਣੇ, ਇੱਕ ਗਰੁੱਪ ਨੇ ਜੀ, ਕੈਨੇਡਾ ਦੇ ਪਿਸਤੌਲ ਗਰੁੱਪ ਨੇ ਸਬੂਤ ਭੇਜਣੇ ਆ। ਬਾਕੀ ਸਬੂਤ ਜਿਹੜੇ ਤੁਹਾਨੂੰ ਉਹ ਮੈਂ ਤੁਹਾਡੇ
हिसाब किताब देन तो वादा करांगा। ये वीडियो सुन लियो, ये तुहाडे चैनल लई मैं रखी सी, चलो मैं दित्ती नहीं क्योंकि हरेक चैनल दे विच इको गल करनी जिहड़ी आ वह मतलब भी एक घसियारा जिहा हो जांदा काम। हालो सुनो जी इंडिया पहुंच गए कि सेवा च लग गए नहीं है ना, मैं अपने पैसे का हिसाब मंगन दिया कि चलो सही जगह लगे या नहीं। मैं तुहानू स्क्रीनशॉट भी नाल पा दिना ते जे आ दे लो इत्थे स्टोर ते मैं कम करके भेजदा। जदों मैं वीडियो वेखी ना इन्नियां ते मैनूं किते लगा कि हाँ भी पैसे किते गलत ना गए होण वीर, 17-18 घंटे शिफ्टां ला के पैसे बणदे आ ना, 200 डॉलर ते कोई वड्डी गल नहीं हैगी, पर पता नहीं किन्ने आ दे आ। अपने होर भी मुंडे आ विनीपैग तों वैनकूवर तों जिन्हां नूं मैं फोन किया कि हाँ भाई आपां सेवा करनी है ना लोकां दी, ते उन्हां ने भी भेजे आ ते उह वी कहिंदे अहीं पुछणा आ कि चल साडा हक बणदा पुछणा कि साडे पैसे कित्थे गए आ। मैनू मेरा वीर जरूर दसी है ना कि जेडे मैं तेनू पैसे भेजे आ कित्थे लाए आ, ते बाली गल आ मैं तेनू अपना फेस भी दिखा दूंगा, कोई चक्कर नहीं है ना कि तू मैनू क्या ही मैं आके मिलूंगा बैरी, तू कनेडा आना है और 2 महीनों नू, पर मैनू मेरा वीर जरूर दसी मेरे 200 डॉलर की तू सेवा जी मैं पाई गई तू कि लाई आ, इंडिया कढ़ाई भी है या नहीं कढ़ाई, की हिसाब किताब आ। लो जी हुण एक सबूत मैं तुहानू देता नाल इहदे, मैं उस बंदे वल्लों एक सबूत दे तौर दे उत्ते भाई फोटो भी विखाड़ देना जिहदे विच 200 रुपये दी ट्रांजैक्शन हैगी आ, उह बंदा बैंक दे विचों स्टेटमेंट भी कढ़ा के लियाऊगा जी। इस ग्रुप दे 30 मुंडियां दीआं वीडियो तैयार पईआं ने मेरे कोल आउण लई, मेरा थोड़ा जिहा फोन हैंग हो जांदा, मैं उहनूं आख्या कोल रख कोई गल नहीं। तुसीं इह जे तुसीं इह वीडियो जिहड़ी सानूं प्रोवाइड कर सकदे हो जी? वेखो जी वीडियो प्रोवाइड कर देना मेनू कोई, क्योंकि मेनू कल्ले नू फेम मैं अच्छा, फेम जेड़े पैसे भेजे गए किनू भेजे गए सी, पुनीत नू जां गोल्डी नू? पुनीत दी ए एनजीओ जेड़ी इहनां दी ईमेल चलदी कैनेडा दे विच गुरु धन धन गुरु रामदास एनजीओ ओहदे विच जेड़ी sarnpavanpuneet@gmail.com जी ਦੇ ਵਿੱਚ ਜਿਹੜਾ ਪੈਸਾ ਉਹਨੇ $195 ਪਾਏ ਸੀ। ਬਾਕੀ ਵਿਨੀਪੈਗ ਤੋਂ ਵੈਨਕੂਵਰ ਤੋਂ ਵੀ ਪੈਸੇ ਇਸ ਗਰੁੱਪ ਦੇ ਕਾਫੀ ਗਏ ਆ, ਜਿਨ੍ਹਾਂ ਦੇ ਸਬੂਤ ਸਾਡੇ ਕੋਲ ਆ ਜਾਣਗੇ। ਗੋਲਡੀ ਵਾਲੀ ਸਬੂਤ ਮੰਗਦੇ ਸੀ, ਮੈਂ ਅੱਜ ਇੱਕ ਸਬੂਤ ਉਹਨਾਂ ਨੂੰ ਦਿੱਤਾ, ਉਹ ਤਿਆਰੀ ਕਰਨ। ਮੇਰਾ ਬੰਦਾ ਮੈਂ 7 ਲੱਖ ਰੁਪਇਆ ਨਾਮ ਰੱਖਿਆ ਸੀ, ਉਹ ਉਹਨਾਂ ਦਾ ਟਾਈਮ ਆਊਟ ਹੋ ਗਿਆ, ਹੁਣ ਉਹਨਾਂ ਨੂੰ ਨਾਮ ਕੋਈ ਨਹੀਂ ਦੇਣਾ, ਹੁਣ ਅਸੀਂ ਇਹਨਾਂ ਕੋਲੋਂ ਹਿਸਾਬ ਕਿਤਾਬ ਕਿਸੇ ਤਰੀਕੇ ਨਾਲ ਲਵਾਂਗੇ। ਬੰਦੇ ਵੀ ਸਾਹਮਣੇ ਆਉਣਗੇ, ਬੀਬੀਆਂ ਵੀ ਸਾਹਮਣੇ ਆਉਣਗੀਆਂ, ਜਿਹੜੀਆਂ ਬੀਬੀਆਂ ਨੇ ਚੋਰੀ ਆਪਣੇ ਬੰਦਿਆਂ ਤੋਂ ਇਹਨਾਂ ਨੂੰ ਪੈਸੇ ਭੇਜੇ ਇਮੋਸ਼ਨਲ ਹੋ ਕੇ, ਉਹ ਵੀ ਸਾਹਮਣੇ ਆਉਣਗੀਆਂ, ਸਾਰਾ ਕੁਝ ਕਰਾਂਗੇ। ਮੈਂ ਕੱਚੇ ਪੈਰੀ ਹੱਥ ਨਹੀਂ ਪਾਉਣ ਡਿਆ, ਮੈਂ ਕੋਈ ਵਨ ਮੈਨ ਆਰਮੀ ਨਹੀਂ ਕੰਮ ਕਰਨ ਡਈ ਇੱਥੇ, ਤੁਸੀਂ ਇਹ ਭੁੱਲ ਜਾਓ ਵੀ ਵਨ ਮੈਨ ਆਰਮੀ ਕੰਮ ਕਰਨ ਡਈ ਆ, ਇੱਥੇ ਇੱਕ ਪੂਰੀ ਟੀਮ ਕੰਮ ਕਰਨ ਡਈ ਆ। ਉਹ ਟੀਮ ਆਪਣੇ ਪਿਛਲੇ 7 ਦਿਨਾਂ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਕਰੀਬ 20-25 ਲੱਖ ਰੁਪਈਏ ਦਾ ਨੁਕਸਾਨ ਸਹਿ ਚੁੱਕੀ ਆ। 5-6 ਬੰਦੇ ਜਿਹੜੇ ਆ ਕੰਮ ਛੱਡ ਕੇ ਘਰ ਬੈਠੇ ਇਸੇ ਬੇਸ ਤੇ ਕਰਨ ਡਏ ਆ। ਕੈਨੇਡਾ ਦੇ ਵਿੱਚ 4 ਬੰਦੇ ਬੈਠੇ ਜਿਹੜੇ ਇਸ ਵਿਸ਼ੇ ਦੇ ਉੱਤੇ ਕੰਮ ਕਰਨ ਡਏ ਆ, ਜਿਨ੍ਹਾਂ ਨੇ ਆਪਣੇ ਟਰੱਕ ਰੋਕੇ ਨੇ, 5-5 ਦਿਨ ਹੋ ਗਏ ਨੇ। ਅਸੀਂ ਬਕਾਇਦਾ ਇਸ ਕੰਮ ਦੇ ਵਿੱਚ ਜਿਹੜੇ ਸਾਡੀ ਟੀਮ ਆ 20-22 ਲੱਖ ਰੁਪਈਏ ਦਾ ਲੋਸ ਆਪਣਾ ਬਿਜ਼ਨਸ ਰੋਕ ਕੇ ਸਹਿ ਚੁੱਕੀ ਆ। ਇੰਡੀਆ ਦੇ ਵਿੱਚ ਬੰਦੇ ਕੰਮ ਕਰਨ ਡਏ ਆ, ਜਿਹੜੇ ਬੰਦੇ ਸਬੂਤ ਲੱਭਣ ਡਏ ਆ, ਸਾਰਾ ਕੁਝ ਹੋ ਰਿਹਾ ਵਾ। ਕੋਈ ਸਾਡਾ ਤੇ ਪ੍ਰੋਸੈਸ ਚੱਲਣ ਡਿਆ, ਇਹ ਕਿੱਥੋਂ ਤੱਕ ਪ੍ਰੋਸੈਸ ਚਲਾਉਣ ਡਏ ਆ, ਅਸੀਂ ਤੇ ਇਹ ਵੇਖਣਾ ਬਸ। ਪੁਨੀਤ ਕਿੱਥੇ ਆ? ਤੁਸੀਂ ਕੋਈ ਖਾਸ ਹੋਰ ਮੈਸੇਜ ਜਿਹੜਾ ਹੈ ਪੂਰੇ ਪੰਜਾਬੀਆਂ ਨੂੰ NRI ਭਾਈਚਾਰੇ ਨੂੰ ਦੇਣਾ ਚਾਹੁੰਦੇ ਹੋ? ਮੈਂ NRI ਭਾਈਚਾਰੇ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਆਪਣੀ ਕਮਾਈ ਬਹੁਤ ਔਖੀ ਆ, ਨਾ ਸਾਡਾ ਖਾਣ ਦਾ ਟਾਈਮ, ਖਾਸ ਕਰ ਸਟੋਰਾਂ ਵਾਲੇ ਵੀਰਾਂ ਦਾ ਖਲੋਣਾ ਉੱਥੇ 14-14 ਘੰਟੇ 15-15, ਡਰਾਈਵਰ ਵੀਰਾਂ ਦਾ ਸਾਰੀ ਦਿਹਾੜੀ ਟਰੱਕ ਚਲਾ ਕੇ ਮੁੜ ਕੇ ਬਾਅਦ ਦੇ ਵਿੱਚ 20-20 ਦਿਨ 25-25 ਦਿਨ ਘਰੋਂ ਬਾਹਰ ਰਹਿਣਾ। ਮੈਂ ਇਹ ਕਹਿੰਦਾ ਵੀ ਕਮਾਈ ਆਪਣੀ ਔਖੀ ਹੈ, ਇਸ ਕਮਾਈ ਨੂੰ ਆਪਾਂ ਜੇ 5 ਪਰਿਵਾਰਾਂ ਨੂੰ ਲੋੜ ਆ 5 ਤੱਕ ਪਹੁੰਚਾਈਏ, ਨਾ ਕਿ ਆਪਾਂ 1 ਪਰਿਵਾਰ ਨੂੰ ਪਹੁੰਚਾ ਕੇ ਬਾਕੀ 4 ਜਿਹੜੇ ਆ ਉਹ ਘਰਾਂ ਦਾ ਮਤਲਬ ਵੀ ਚੁੱਲ੍ਹਾ ਠੰਡਾ ਰੱਖੀਏ। ਜੇ ਅਸੀਂ 10 ਛੱਤਾਂ ਦੇ ਪੈਸੇ ਇਕੱਠੇ ਕੀਤੇ ਨੇ 10 ਛੱਤਾਂ ਬਣਨ, ਨਾ ਕਿ 1 ਛੱਤ ਦੀ ਵੀਡੀਓ ਬਣਾ ਕੇ ਵਿਖਾਲ ਕੇ ਤੇ ਬਾਕੀ 9 ਛੱਤਾਂ ਦੇ ਖਾਧੇ ਜਾਣ। ਅਸੀਂ ਪਾਰਦਰਸ਼ਤਾ ਚਾਹੁੰਦੇ ਹਾਂ, ਵਿਜੀਬਿਲਟੀ ਚਾਹੁੰਦੇ ਹਾਂ ਜੀ।
एक पैसे दस सही वरतों चाहने ना गोल्डी ना वैर आ ना पुनीत ना वैर आ ना मैडम टांगरा ना वैर आ एक समाज सेविका अपने भरा दे दो दिन दे बच्चे नूं घरों कढ के झुग्गियां दे विच जा के नलियां पूंझण डई है बच्चियां दियां इह किहड़ी सेवा वा बाकी जिहड़ी इहनां दी फरिश्तागिरी आ जिहड़ा इहनां ने अपने आप नूं फरिश्ते बणाया वी असीं फरिश्ते आ जेड़े गोल्डी ने मैनू इन्नी गल कहा भी तेरी एक पोस्ट करके कुड़ी डिप्रैशन च चल चली ही उस फरिश्ते दा पोस्टमार्टम मैं थोड़े दिनों तक बड़ी चंगी तरह वधिया तरीके नाल उहदा ऑपरेशन करांगा मैं जिहड़ी ओह पुलिस वाली बीबी दी जिहड़ी खबर तुहाडे उहदे पई सी हां जी उहदे विच मैं उहनूं दस्सांगा कि डिप्रैशन दे विच तूं किहनूं भेजिआ ਕਿੱਦਾਂ ਭੇਜਿਆ ਉਹ ਫਰਿਸ਼ਤੇ ਦਾ ਮੈਂ ਪੋਸਟਮਾਰਟਮ ਪੂਰਾ ਕਰੂੰਗਾ ਗੋਲਡੀ ਦੇ ਫਰਿਸ਼ਤਾ ਪੁਣੇ ਦਾ ਜਿਹੜਾ ਉਹਨੂੰ ਫਰਿਸ਼ਤਾ ਬਣਾਇਆ ਉਹਦਾ ਪੋਸਟਮਾਰਟਮ ਕਰਕੇ ਸਾਰਾ ਕੁਝ ਸਾਹਮਣੇ ਜਨਤਾ ਦੇ ਚੀਰ ਫਾੜ ਕਰਕੇ ਰੱਖੂੰਗਾ ਮੈਂ ਵੀ ਹੁਣ ਉਹ ਬੰਦੇ ਨੇ ਕੀ ਕੀਤਾ ਉਹਨਾਂ ਦਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੇ ਸੱਚ ਦੇ ਰਾਹ ਤੇ ਚੱਲੇ ਹੋਏ ਹੋ ਆਪਣੇ ਸਹੀ ਮਿਸ਼ਨ ਵੱਲ ਤੁਸੀਂ ਕਾਮਯਾਬ ਹੋਵੋ ਤੇ ਪੰਜਾਬੀਆਂ ਦੇ ਜਿਹੜੇ ਦਸਾਂ ਨੋਹਾਂ ਦੀ ਕਿਰਤ ਕਮਾਈ ਆ ਉਹ ਸਹੀ ਰੂਪ ਦੇ ਵਿੱਚ ਚੰਗੇ ਪਾਸੇ ਲੱਗੇ ਬਸ ਇਹੋ ਬੇਨਤੀ ਆ ਮੇਰੇ ਸਾਰੇ ਐਨ ਆਰ ਆਈ ਭਰਾਵਾਂ ਨੂੰ ਦਸਵੰਧ ਕੱਢਣ ਵਾਲਿਆਂ ਨੂੰ ਦਸਵੰਧ ਕੱਢਣਾ ਸਾਡੀ ਸਿੱਖ ਕਮਿਊਨਿਟੀ ਦਾ ਇੱਕ ਅੰਗ ਬਣ ਚੁੱਕਾ ਵਾ ਸਾਨੂੰ ਲੋੜ ਵਾ ਦਸਵੰਧ ਕੱਢਣ ਦੀ ਪਰ ਦਸਵੰਧ ਸਹੀ ਥਾਂ ਤੇ ਲਾਉਣ ਦੀ ਵੀ ਲੋੜ ਆ ਪਰ ਬੇਨਤੀ ਕਰਦਾ ਮੈਂ ਦਸਵੰਧ ਕੱਢਣਾ ਬੰਦ ਕਰਨ ਨੂੰ ਨਹੀਂ ਕਹਿੰਦਾ ਮੈਂ ਸੇਵਾ ਬੰਦ ਕਰਨ ਨੂੰ ਨਹੀਂ ਕਹਿੰਦਾ ਇੱਕ ਸੇਵਾ ਨੂੰ ਇੱਕ ਦਸਵੰਧ ਦੇ ਖਰਚੇ ਨੂੰ ਸਹੀ ਦਿਸ਼ਾ ਦੇਣ ਦੀ ਕੋਸ਼ਿਸ਼ ਵਾ ਇੱਕ ਪਾਰਦਰਸ਼ੀ ਤਰੀਕਾ ਹੋਊਗਾ ਇੱਕ ਵਧੀਆ ਤਰੀਕਾ ਹੋਊਗਾ ਤੇ ਜਿੰਨਾ ਪੈਸਾ ਬਣਦਾ ਵਾ ਜਿੰਨੇ ਗਰੀਬਾਂ ਦੇ ਹੱਕ ਦਾ ਜਾਂਦਾ ਉਹਨਾਂ ਸਾਰਿਆਂ ਤੱਕ ਪਹੁੰਚਾਉਣ ਦੀ ਗੱਲਬਾਤ ਹੋਊਗੀ ਨਾ ਕਿ 70 ਖਾ ਕੇ 30 ਲਾਉਣ ਦੀ ਗੱਲ ਹੋਊਗੀ ਮੇਰੀ ਗੱਲ ਨੂੰ ਸਾਰੇ ਜਾਣੇ ਸਮਝੋ ਮੈਂ ਬਹੁਤ ਪੈਸੇ ਕਮਾਉਣ ਡਿਆ ਵਾਂ ਮੈਨੂੰ ਕਿਸੇ ਵੀ ਹਿੱਸੇ ਦੀ ਮੈਨੂੰ ਕਿਸੇ ਲਾਲਚ ਦੀ ਕੋਈ ਲੋੜ ਨਹੀਂ ਹੈਗੀ ਮੇਰੇ ਪਰਿਵਾਰ ਜੋਗਾ ਮੇਰੇ ਕੋਲੋਂ ਬਹੁਤ ਕੁਝ ਆ ਮੇਰੇ ਕੋਲ ਇੰਨੀ ਕਦੇ ਜਾਨ ਹੈਗੀ ਵੀ ਜੇ ਗੁਰੂ ਸਾਹਿਬ ਨੇ ਕਦੇ ਜ਼ਿੰਦਗੀ ਬਖਸ਼ੀ ਬਾਕੀ ਪਾਣੀ ਦੇ ਬੁਲਬੁਲੇ ਆ ਕੋਈ ਪਤਾ ਨੀ ਗਾ ਪਰ ਜ਼ਿੰਦਗੀ ਬਖਸ਼ੀ ਅਜੇ ਮੈਂ 15 ਸਾਲ ਕੰਮ ਕਰ ਸਕਦਾ ਵਾਂ ਤੇ ਮਹਾਰਾਜ ਦੀ ਕਿਰਪਾ ਨਾਲ ਆਪਣਾ ਪਰਿਵਾਰ ਪਾਲ ਸਕਦਾ ਮੈਨੂੰ ਹਰਾਮ ਖਾਣ ਦੀ ਲੋੜ ਨੀ ਹੈਗੀ ਨਾ ਮੈਂ ਇਹ ਚਾਹੁੰਦਾ ਮੈਨੂੰ ਜੇ ਲੋੜ ਨੀ ਹੈਗੀ ਤਾਂ ਮੈਂ ਹਰਾਮ ਖਾਂਦਾ ਕਿਸੇ ਨੂੰ ਵੇਖ ਵੀ ਨੀ ਸਕਦਾ ਆਪਣੀ ਹੱਕ ਹਲਾਲ ਦੀ ਕਮਾਈ ਨੂੰ ਸੋ ਬੇਨਤੀ ਆ ਮੈਂ ਆਪਣੇ ਸਾਰੇ ਭਰਾਵਾਂ ਨੂੰ ਕਰਨੀ ਚਾਹੁੰਦਾ ਕਿ ਹੱਥ ਜੋੜ ਕੇ ਬੇਨਤੀ ਆ ਆਪਣੇ ਦਸਵੰਧ ਨੂੰ ਆਪਣੀ ਕਿਰਤ ਦੀ ਕਮਾਈ ਨੂੰ ਤੁਸੀਂ ਇੱਥੋਂ ਭੇਜ ਕੇ ਜਗਸੀਰ ਮੋੜ ਵਾਂਗੂ ਕੀਤੇ ਸ਼ਹੀਦਾਂ ਦੀਆਂ ਬੱਚੀਆਂ ਦੇ ਸ਼ੋਸ਼ਣ ਦੇ ਵਿੱਚ ਯੋਗਦਾਨ ਨਾ ਪਾਓ ਇਸ ਗੱਲ ਦੇ ਵਿੱਚ ਇਹ ਤੁਸੀਂ ਵੇਖੋ ਤੁਹਾਡਾ ਪੈਸਾ ਕਈ ਗਰੀਬ ਬੱਚੀਆਂ ਦੇ ਸ਼ੋਸ਼ਣ ਦਾ ਵੀ ਸ਼ਿਕਾਰ ਬਣ ਰਿਹਾ ਵਾ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਬੱਚੀਆਂ ਦੇ ਸ਼ੋਸ਼ਣ ਦਾ ਸ਼ਿਕਾਰ ਬਣ ਰਿਹਾ ਵਾ ਭਾਈ ਕਨਈਆ ਜੀ ਟਰੱਸਟ ਵਾਲੇ ਨੇ ਕਈ ਬੀਬੀਆਂ ਜਿਹੜੀਆਂ ਵਾ ਉਹਨਾਂ ਦਾ ਨਜਾਇਜ਼ ਫਾਇਦਾ ਚੁੱਕਿਆ ਜੇ ਇਹ ਮੈਂ ਗੱਲ ਤੁਹਾਨੂੰ ਦੱਸ ਦਿੰਦਾ ਵਾ ਪੰਮੇ ਨੇ ਲੁਧਿਆਣੇ ਵਾਲੇ ਨੇ ਮੈਂ ਤੁਹਾਨੂੰ ਗੱਲ ਦੱਸਦਾ ਤੁਹਾਡੇ ਤੁਸੀਂ ਪੁੰਨ ਦੀ ਜਗ੍ਹਾ ਪਾਪ ਦੇ ਭਾਗੀਦਾਰ ਬਣ ਰਹੇ ਸਿਰਫ ਇੰਨੀਆਂ ਕੁ ਬੇਨਤੀਆਂ ਕਰਦਿਆਂ ਪੈ ਰਹੇ ਜੀ ਬਾਕੀ ਆਪਾਂ ਫਿਰ ਇੱਕ ਵਾਰੀ ਆਪਣੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਤੁਹਾਡਾ ਜੀ